ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਆਵਾਜ਼ ਕਹਾਣੀਆਂ ਵਿੱਚ ਬੰਤਾ ਸਿਆ ਹੁਣ ਕੀ ਬਣੂ ਕਿਵੇਂ ਘਰ ਪਹੁੰਚਾਂਗੇ ਮੰਗਲ ਸਿੰਘ ਦਾ ਚਿੰਤਾਗ੍ਰਸਤ ਚਿਹਰਾ ਸੁੱਤਿਆ ਪਿਆ ਸੀ ਦੇਖਦੇ ਆ ਬਸ ਆਉਣ ਦੇ ਸੋਚਦੇ ਆ ਬੰਤਾ ਸਿੰਘ ਨੇ ਆਪਣੇ ਮਨ ਦੇ ਹਾ ਭਾਵ ਲੁਕਾਉਂਦੇ ਹੋਏ ਆਖ ਦਿੱਤਾ ਸਾਲੀ ਬੋਲੀ ਵੀ ਨਹੀਂ ਹੁੰਦੀ ਇੱਥੇ ਉਜਾੜ ਵਿੱਚ ਮੰਗਲ ਸਿੰਘ ਨੇ ਗੱਲ ਅਧੂਰੀ ਛੱਡ ਦਿੱਤੀ ਫਿਕਰ ਨਾ ਕਰ ਮੈਂ ਕੀ ਹਣਾ ਦੇਖਦੇ ਆ ਬੰਤਾ ਸਿੰਘ ਨੇ ਬੋਲਾਂ ਵਿੱਚ ਜਿਵੇਂ ਸੁੱਕੇ ਪੱਤੇ ਵਰਗੀ ਤਨਹਾਈ ਖੜਕ ਰਹੀ ਸੀ ਚੱਪਾ ਕੋ ਸਿਆਲ ਦੇ ਦਿਨ ਚੜ੍ਹਾਈ ਸਨ ਆਲੇ ਦੁਆਲੇ ਪੱਤੇ ਖੜਖੜ ਕਰਦੇ ਉੜੇ ਫਿਰਦੇ ਰੁਮਕ ਦੀ ਪੌਣ ਪਿੰਡਿਆਂ ਨਾਲ ਖਹਿ ਖਹਿ ਕੇ ਲੰਘਦੀ ਚੁੰਨੀ ਚੁੰਨੀ ਪਿੰਡੇ ਨੂੰ ਇਕੱਠਾ ਕਰੀ ਜਾਂਦੀ ਸੀ ਬੰਤਾ ਸਿੰਘ ਤੇ ਮੰਗਲ ਸਿੰਘ ਸਵੇਰੇ ਘਰੋਂ ਨਿਕਲ ਆਏ ਸਨ ਬ੍ਰੈਡ ਦੇ ਦੋ ਦੋ ਪੀਸ ਖਾ ਕੇ ਤੇ ਚਾਹ ਦਾ ਕੱਪ ਪੀ ਕੇ ਬੰਤਾ ਸਿੰਘ ਨੇ ਚਾਹ ਬਣਾ ਲਈ ਸੀ ਉਸ ਵਿੱਚ ਉਹਨਾਂ ਦੋਹਾਂ ਨੇ ਬ੍ਰੈਡ ਨੂੰ ਭਿਓ ਕੇ ਖਾ ਲਿਆ ਮੰਗਲ ਸਿੰਘ ਦੇ ਸੰਗੋ ਸੁੱਕੀ ਬ੍ਰੈਡ ਉਤਰਦੀ ਹੀ ਨਹੀਂ ਸੀ ਪਰ ਬੰਤਾ ਸਿੰਘ ਦੇ ਕਹਿਣ ਤੇ ਉਸ ਨੇ ਦੋ ਪੀਸ ਅੰਦਰ ਸਿੱਟ ਲਏ ਬੰਤਾ ਸਿੰਘ ਦਾ ਕਹਿਣਾ ਸੀ ਕਿ ਪਤਾ ਨਹੀਂ ਕਿੰਨਾ ਚਿਰ ਲਾਈਨ ਵਿੱਚ ਖੜਨਾ ਪੈਣਾ ਹੈ ਇਹ ਸੋਸ਼ਲ ਸਿਕਿਉਰਿਟੀ ਦੇ ਦਫ਼ਤਰ ਵੀ ਭਰੇ ਪਏ ਹੁੰਦੇ ਹਨ ਕਦੋਂ ਵਾਰੀ ਆਊਗੀ ਇਸ ਲਈ ਦੋਹਾਂ ਨੇ ਕੁਝ ਖਾ ਕੇ ਪੂਰਾ ਦਿਨ ਕੱਟਣ ਦੀ ਸੋਚ ਲਈ ਸੀ। ਉਸ ਦਿਨ ਬੰਤਾ ਸਿੰਘ ਨੇ ਮੰਗਲ ਸਿੰਘ ਨੂੰ ਨਾਲ ਲੈ ਕੇ ਦਫ਼ਤਰ ਜਾਣਾ ਸੀ। ਉਹ ਅੱਗੇ ਵੀ ਹੋਰ ਕਈ ਬਜ਼ੁਰਗਾਂ ਨੂੰ ਆਪਣੇ ਨਾਲ ਲੈ ਜਾ ਚੁੱਕਿਆ ਸੀ। ਭਾਵੇਂ ਉਸ ਨੂੰ ਅੰਗਰੇਜ਼ੀ ਬੋਲਣੀ ਨਹੀਂ ਸੀ ਆਉਂਦੀ ਪਰ ਉਹਨੂੰ ਇੰਨਾ ਚਿਰ ਕੈਨੇਡਾ ਰਹਿੰਦੇ ਨੂੰ ਹੋ ਗਿਆ ਸੀ ਕਿ ਕੀ ਉਹ ਯੂ ਮੀ ਕਰਕੇ ਕੁਝ ਨਾ ਕੁਝ ਸਮਝਾ ਦਿੰਦਾ ਤੇ ਉਹਨਾਂ ਦੀ ਆਕੀ ਹੋਈ ਗੱਲ ਅੱਧ ਪਚਦੀ ਸਮਝ ਜਾਂਦਾ। ਉਹ ਮੰਗਲ ਸਿੰਘ ਦੀ ਹਾਲਤ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਇੱਕ ਦਿਨ ਉਹ ਆਪ ਐਸੇ ਤਰ੍ਹਾਂ ਦੇ ਹਾਲਤ 'ਚੋਂ ਨਿਕਲਿਆ ਸੀ ਫਿਰ ੱੱਕੇ ਥੋੜੇ ਖਾ ਕੇ ਉਹ ਕੈਨੇਡਾ ਵਿੱਚ ਰੋਟੀ ਖਾਣ ਯੋਗ ਹੋ ਗਿਆ ਸੀ ਹੁਣ ਉਸ ਨੂੰ ਪੈਨਸ਼ਨ ਲੱਗ ਗਈ ਸੀ ਉਹ ਤੇ ਉਹਦੇ ਘਰ ਵਾਲੀ ਚੰਨਣਕੌਰ ਕਿਸੇ ਦੇ ਬੀਸਮੈਂਟ ਵਿੱਚ ਕਿਰਾਏ ਤੇ ਰਹਿ ਰਹੀ ਸਨ ਦਿਨ ਉਹ ਸੀਨੀਅਰ ਸਿਟੀਜ਼ਨ ਵਾਲਿਆਂ ਦੇ ਮਿਲਣ ਦੀ ਬਾਹ ਫੜ ਕੇ ਕੱਟ ਆਉਂਦੇ ਸਨ ਵੀਕੈਂਡ ਵਾਲੇ ਦਿਨ ਉਹ ਬੱਸ ਫੜ ਕੇ ਗੁਰਦੁਆਰੇ ਚਲੇ ਜਾਂਦੇ। ਉੱਥੇ ਕੀਰਤਨ ਸੁਣਦੇ, ਲੰਗਰ ਛੱਕ ਕੇ ਵਾਪਸ ਘਰ ਆ ਜਾਂਦੇ। ਇਹੋ ਉਹਨਾਂ ਦਾ ਜੀਵਨ ਸੀ। ਗਰਮੀਆਂ ਦੀ ਰੁੱਤ ਵਿੱਚ ਉਹ ਖੇਤਾਂ ਵਿੱਚ ਥੋੜਾ ਬਹੁਤਾ ਕੰਮ ਵੀ ਕਰ ਲੈਂਦੇ। ਜਿੱਥੇ ਉਹਨਾਂ ਨੂੰ ਆਮ ਦਿਹਾੜੀ ਨਾਲੋਂ ਅੱਧੇ ਪੈਸੇ ਮਿਲਦੇ ਸਨ। ਭਾਰਤੀ ਲੋਕ ਕੰਮ ਦਾ ਠੇਕਾ ਲੈ ਲੈਂਦੇ ਸਨ ਅਤੇ ਜਾਲੀ ਆਏ ਲੋਕਾਂ, ਬੰਦਿਆਂ ਜਾਂ ਇਸ ਤਰ੍ਹਾਂ ਮਜਬੂਰ ਬਜ਼ੁਰਗ ਬੰਦੇ ਰੱਖ ਕੇ ਉਹਨਾਂ ਤੋਂ ਅੱਧੇ ਮਿਹਨਤਾਨਾ ਤੇ ਕੰਮ ਕਰਾ ਲੈਂਦੇ ਸਨ ਇਹ ਪੈਸੇ ਟੈਕਸ ਵਿੱਚ ਨਹੀਂ ਸਨ ਭਰਨੇ ਪੈਂਦੇ ਹੱਥ ਵਿੱਚ ਕੈਸ਼ ਮਿਲ ਜਾਂਦੇ ਸਨ ਅੰਡਰ ਦੀ ਟੇਬਲ ਬੰਤਾ ਸਿੰਘ ਤੇ ਚੰਨਣ ਕੌਰ ਜਦੋਂ ਪਿੰਡੋਂ ਤੁਰੇ ਤਾਂ ਆਂ ਨਗਵਾਂਡ ਆਖ ਰਿਹਾ ਸੀ ਭਲੇ ਕਰਮਾਂ ਦਾ ਫਲ ਵੀ ਐ ਭਾਈ ਹੁਣ ਬੈਠੇ ਸੇਵਾ ਕਰਾਇਓ ਸੁਰਗ ਕਿਹੜੇ ਹਰ ਇੱਕ ਨੂੰ ਮਿਲਦੇ ਆ ਪੁੱਤ ਹੋਵੇ ਤਾਂ ਮਨਜੀਤ ਵਰਗਾ ਇਹ ਗੱਲਾਂ ਸੁਣ ਸੁਣ ਕੇ ਉਹਨਾਂ ਦੇ ਪੈਰ ਜ਼ਮੀਨ ਤੇ ਨਹੀਂ ਸਨ ਟਿਕਦੇ ਖੁਸ਼ੀ ਨਾਲ ਉਹ ਹੋਰ ਵੀ ਚੌੜੇ ਹੋ ਕੇ ਤੁਰਦੇ ਜਦੋਂ ਉਹ ਕੈਨੇਡਾ ਪਹੁੰਚੇ ਤਾਂ ਉਹਨਾਂ ਨੂੰ ਸਭ ਕੁਝ ਅਜੀਬ ਜਿਹਾ ਜਾਪਿਆ ਸੀ ਜਿਸ ਦਿਨ ਉਹ ਟ੍ਰਾਂਟੋ ਏਅਰਪੋਰਟ ਤੋਂ ਉਤਰੇ ਤਾਂ ਆਪਣੇ ਨੂੰ ਤੇ ਪੁੱਤਰ ਨੂੰ ਦੇਖ ਕੇ ਖੁਸ਼ ਹੋ ਗਏ ਸਨ ਉਸ ਦਿਨ ਘਰ ਆ ਕੇ ਹੱਸਦੇ ਗੁਆਂਡ ਸਾਖਸ ਕੀਰੀਆਂ ਦੀਆਂ ਖਬਰਾਂ ਸਾਰਾਂ ਪੁੱਛਦੇ ਦੱਸਦੇ ਹੋਏ ਸ਼ਾਮ ਬੀਤ ਗਈ ਸੀ ਭਾਵੇਂ ਨੂੰ ਦੀ ਚੁੱਪ ਉਹਨਾਂ ਦੇ ਮੱਥੇ ਵਿੱਚ ਮਾੜੀ ਜਿਹੀ ਠਣਕੀ ਕੋਈ ਨਹੀਂ ਸਭ ਕੁਝ ਠੀਕ ਹੋ ਜਾਊ ਆਖ ਕੇ ਉਹਨਾਂ ਨੇ ਰੱਬ ਦਾ ਨਾਮ ਲਿਆ ਸੀ ਉਸ ਚਿੰਤਾ ਨੂੰ ਮਨ ਦੇ ਕਿਸੇ ਕੋਨੇ ਵਿੱਚ ਘਰ ਨਹੀਂ ਸੀ ਕਰਨ ਦਿੱਤਾ ਦੋ ਕੁ ਦਿਨ ਤਾਂ ਮਨਜੀਤ ਤੇ ਸ਼ਮਿੰਦਰ ਨੇ ਛੁੱਟੀ ਲੈ ਲਈ ਚਾਰੇ ਜੇ ਘਰ ਬੈਠੇ ਗੱਲਾਂ ਬਾਤਾਂ ਕਰਦੇ ਸੁੱਖ ਸੁਨੇਹੇ ਸੁਣਾਉਂਦੇ ਤੇ ਸੁਣਦੇ ਨਿਕਲ ਗਏ ਸ਼ਮੀਂਦਰ ਦਾ ਘੱਟ ਬੋਲਣਾ ਵੀ ਉਹਦੀ ਆਦਤ ਸਮਝ ਕੇ ਲਾਂਬੇ ਕਰ ਦਿੱਤੀ ਗਈ। ਤੀਜੇ ਦਿਨ ਸ਼ਮੀਂਦਰ ਤੇ ਮਨਜਿੰਦਰ ਆਪਣੇ ਆਪਣੇ ਕੰਮਾਂ ਤੇ ਚਲੇ ਗਏ। ਉਹ ਦੋਨੋਂ ਅਣਜਾਣਤਾ ਤੇ ਬੰਦ ਘਰ ਵਿੱਚ ਕੈਦ ਜੇ ਹੋ ਗਏ ਸਨ। ਨਾ ਕੋਈ ਗੱਲ ਕਰਨ ਵਾਲਾ ਸੀ ਤੇ ਨਾ ਹੀ ਕਿਸੇ ਨੂੰ ਆਵਾਜ਼ ਮਾਰਨ ਜੋਗੇ ਸਨ। ਪੂਰਾ ਦਿਨ ਉਹ ਘਰ ਵਿੱਚ ਬੈਠੇ ਆਪਣੇ ਨੂੰ ਪੁੱਤ ਦੀ ਉਡੀਕ ਕਰਦੇ ਰਹੇ। ਉਸ ਵੇਲੇ ਉਹਨਾਂ ਨੂੰ ਸਟੋਵ ਚ ਲਾਉਣ ਦਾ ਵੀ ਨਹੀਂ ਸੀ ਪਤਾ। ਜੋ ਕੁਝ ਸ਼ਮੀਂਦਰ ਬਾਹਰ ਕੱਢ ਕੇ ਰੱਖ ਗਈ ਸੀ ਉਹ ਉਨਾਂ ਹੀ ਠੰਡਾ ਖਾਣਾ ਖਾ ਲਿਆ ਸੀ ਭਾਵੇਂ ਮਨਜੀਤ ਨੇ ਕਈ ਕੁਝ ਸਮਝਾਇਆ ਵੀ ਇੱਕ ਦੋ ਵਾਰ ਕੰਮ ਤੋਂ ਫੋਨ ਕਰਕੇ ਵੀ ਹਾਲਚਲ ਪੁੱਛਿਆ ਤੇ ਦੱਸਿਆ ਪਰ ਉਹ ਡਰਦੇ ਕਿਸੇ ਚੀਜ਼ ਨੂੰ ਹੱਥ ਨਹੀਂ ਸੀ ਲਾਉਂਦੇ ਪੂਰਾ ਦਿਨ ਪਲ ਗਿਣ-ਗਿਣ ਕੇ ਉਹ ਆਪਣੇ ਬੱਚਿਆਂ ਨੂੰ ਉਡੀਕਦੇ ਰਹੇ ਜਦੋਂ ਸ਼ਾਮ ਨੂੰ ਮਨਜੀਤ ਤੇ ਸ਼ਮੀਂਦਰ ਆਏ ਤਾਂ ਸ਼ਮੀਂਦਰ ਸਿੱਧੀ ਆਪਣੇ ਕਮਰੇ ਵਿੱਚ ਚਲੀ ਗਈ ਮਨਜੀਤ ਨੇ ਉਹਨਾਂ ਨੂੰ ਦੱਸਿਆ ਕਿ ਸ਼ਮਿੰਦਰ ਨੂੰ ਅੱਜ ਬਹੁਤ ਕੰਮ ਸੀ। ਉਹਦਾ ਸਿਰ ਬੁਰੀ ਤਰ੍ਹਾਂ ਦੁਖ ਰਿਹਾ ਹੈ। ਉਹ ਕੜੀ ਆਰਾਮ ਕਰਨਾ ਚਾਹੁੰਦੀ ਹੈ। ਚੰਨਣਕੌਰ ਨੇ ਹੌਲੀ ਦੀਨੀ ਜਾ ਕੇ ਸ਼ਮਿੰਦਰ ਦਾ ਹਾਲ ਪੁੱਛਣਾ ਚਾਹਿਆ ਸੀ। ਜਦੋਂ ਸ਼ਮਿੰਦਰ ਦੇ ਕਮਰੇ ਵਿੱਚ ਗਈ ਤਾਂ ਸ਼ਮਿੰਦਰ ਬੈਠੀ ਆਪਣੀਆਂ ਜੁੱਤੀਆਂ ਪਾਲਿਸ਼ ਕਰ ਰਹੀ ਸੀ। ਚੰਨਣਕੌਰ ਨੇ ਪਿਆਰ ਨਾਲ ਪੁੱਛਿਆ ਸੀ, ਕੀ ਗੱਲ ਹੋਈ ਪੁੱਤ? ਮਨਜੀਤ ਕਹਿੰਦਾ ਤੇਰਾ ਸਿਰ ਬੜਾ ਦੁਖਦਾ। ਕੋਈ ਦਵਾ ਦੂਵਾ ਲੈਣੀ ਸੀ ਇਹ ਚੰਦਰਾ ਕਿਉਂ ਦੁਖਣ ਲੱਗ ਪਿਆ ਚੰਨਣਕੌਰ ਨੂੰ ਜਿਵੇਂ ਆਪਣਾ ਸਾਰੇ ਦਿਨ ਦਾ ਪਲ-ਪਲ ਕੱਟਣਾ ਭੁੱਲ ਗਿਆ ਉਹ ਨੂ ਦੇ ਦੁੱਖ ਵਿੱਚ ਪਸੀਜ ਗਈ ਸੀ ਸ਼ਮਿੰਦਰ ਨੂੰ ਇਹ ਆਸ ਨਹੀਂ ਸੀ ਕਿ ਚੰਨਣਕੌਰ ਉਹਦੇ ਕਮਰੇ ਵਿੱਚ ਆ ਜਾਵੇਗੀ ਇਨ੍ਹਾਂ ਮੁਲਕਾਂ ਵਿੱਚ ਇਸ ਤਰ੍ਹਾਂ ਬਿਨਾ ਡੋਰ ਨੌਕ ਕੀਤਿਆਂ ਕੋਣ ਕਿਸੇ ਦੇ ਕਮਰੇ ਵਿੱਚ ਵੜਦਾ ਹੈ ਸੱਸ ਦੇ ਕਮਰੇ ਵਿੱਚ ਆਉਣ ਨਾਲ ਨੂ ਦੇ ਮੱਥੇ ਦੀ ਤਿਉੜੀ ਜਿਵੇਂ ਡੂੰਗੀ ਹੋ ਗਈ ਸਿਰਫ ਡੂੰਗੀ ਹੀ ਨਹੀਂ ਸੀ ਹੋਈ ਜਿਵੇਂ ਮੱਥੇ ਵਿੱਚ ਤਰੇੜ ਆ ਗਈ ਹੋਵੇ ਇਹ ਦੇਖ ਕੇ ਉਹਨੂੰ ਹੈਰਾਨੀ ਹੋਈ ਤੇ ਮਨ ਵਿੱਚ ਰੋ ਵੀ ਆਇਆ ਪਰ ਉਸ ਨੇ ਚੰਨਣਕੌਰ ਨਾਲ ਅੱਖ ਨਾ ਮਲਾਈ ਬਸ ਐਨਾ ਹੀ ਕਿਹਾ ਪਤਾ ਨਹੀਂ ਕਿਉਂ ਦੁਖਣ ਲੱਗ ਪਿਆ ਬੀਜੀ ਮੈਂ ਘੁੱਟਦਿਆਂ ਪੁੱਤ ਚੰਨਣਕੌਰ ਪਿਆਰ ਨਾਲ ਪੁੱਛ ਰਹੀ ਸੀ ਨਹੀਂ ਬੀਜੀ ਆਪੇ ਠੀਕ ਹੋ ਜੂ ਤੁਸੀਂ ਫਿਕਰ ਨਾ ਕਰੋ ਜਾ ਕੇ ਬਾਪੂ ਜੀ ਕੋਲ ਬੈਠੋ ਜੰਨਣਕੌਰ ਕੋਲ ਜਿਵੇਂ ਹੋਰ ਕੋਈ ਗੱਲ ਕਹਿਣ ਸੁਣਨ ਵਾਲੀ ਨਹੀਂ ਸੀ ਕੀ ਕਹਿੰਦੀ ਤੈਨੂੰ ਕੁਝ ਖਾਣ ਨੂੰ ਬਣਾ ਦਿਆਂ ਉਹ ਤਾਂ ਉਸ ਨੂੰ ਆਪ ਨਹੀਂ ਸੀ ਪਤਾ ਇਸ ਮੁਲਕ ਵਿੱਚ ਕੰਮ ਕਿਵੇਂ ਕਰਨਾ ਹੈ ਹਰ ਇੱਕ ਚੀਜ਼ ਕਿੱਥੇ ਹੈ ਭਾਵੇਂ ਮਨਜੀਤ ਨੇ ਕੁਝ ਨੂੰ ਕੁਝ ਤਾਂ ਸਮਝਾ ਦਿੱਤਾ ਸੀ ਪਰ ਉਪਰੇ ਥਾਂ ਤੇ ਐਡੀ ਛੇਤੀ ਕਿੱਥੇ ਪਤਾ ਲੱਗਦਾ ਹੈ ਉਹ ਐਨੀ ਗੱਲਾ ਕੇ ਅੱਛਾ ਪੁੱਤ ਮੈਂ ਜਾਣੀ ਆ ਫਿਰ ਬਾਹਰ ਆ ਗਈ ਉਹਦੇ ਆਪਣੇ ਮਨ ਵਿੱਚ ਬਾਵ ਰੋਲੇ ਵਾਂਗ ਇੱਕ ਚੜ ਰਹੀ ਸੀ ਤੇ ਇੱਕ ਉਤਰ ਰਹੀ ਸੀ ਉਹ ਸੋਚ ਰਹੀ ਸੀ ਕਿ ਅਸੀਂ ਇੱਥੇ ਐਡੀ ਦੂਰ ਸੱਤ ਸਮੁੰਦਰ ਪਾਰ ਬੱਚਿਆਂ ਕੋਲ ਆਏ ਹਾਂ ਜੇ ਕੁੜੀ ਦਾ ਸਿਰ ਵੀ ਦੁਖਦਾ ਹੈ ਤਾਂ ਰਾਮਸੱਤ ਤਾਂ ਕਰ ਸਕਦੀ ਸੀ ਫੇਰ ਵੀ ਉਸਨੇ ਆਖਿਆ ਤੁਸੀਂ ਬਾਪੂ ਜੀ ਕੋਲ ਜਾ ਕੇ ਬੈਠੋ ਚੰਨਣਕੌਰ ਦੇ ਅੰਦਰਲੀ ਸੱਸ ਅੰਦਰ ਹੀ ਅੰਦਰ ਲੜਨ ਲੱਗ ਪਈ ਉਹਦਾ ਚਿਹਰਾ ਜਿਵੇਂ ਉਤਰ ਗਿਆ ਉਹ ਪੈਰ ਮਲਦੀ ਹੋਈ ਬਾਹਰ ਆ ਗਈ ਉਹ ਤਾਂ ਉਸੇ ਦਿਨ ਮਹਿਸੂਸ ਕਰਨ ਲੱਗ ਪਈ ਸੀ ਕਿ ਜੋ ਖੁਸ਼ੀਆਂ ਮਨ ਵਿੱਚ ਲੈ ਕੇ ਆਈ ਹੈ ਉਹਨਾਂ ਦਾ ਰੰਗ ਸੁਹਾ ਨਹੀਂ ਸਲੇਟੀ ਹੈ ਬੰਤਾ ਸਿੰਘ ਨੇ ਉਹਨੂੰ ਆਉਂਦਿਆਂ ਨੂੰ ਪੁੱਛਿਆ ਕਿਦਾਂ ਸਮਿੰਦਰ ਕਿਤੇ ਬਹੁਤੀ ਤਾਂ ਨਹੀਂ ਢਿੱਲੀ ਕਹਿੰਦੀ ਹੈ ਸਿਰ ਬਹੁਤ ਦੁਖਦਾ ਅੱਜ ਕੰਮ ਬਹੁਤ ਸੀ ਚੰਨਣਕੌਰ ਨੇ ਮੱਧਮ ਜੀ ਆਵਾਜ਼ ਵਿੱਚ ਆਖਿਆ ਉਹਨੇ ਆਪਣੇ ਚਿਹਰੇ ਦੇ ਹਰ ਭਾਵ ਨੂੰ ਜਿਵੇਂ ਡੂੰਘੀਆਂ ਤਹਿਾਂ ਹੇਠਾਂ ਦੱਬਣ ਦੀ ਕੋਸ਼ਿਸ਼ ਕੀਤੀ ਬੰਤਾ ਸਿੰਘ ਉਸ ਵੱਲ ਦੇ ਕੇ ਕੁਝ ਪੜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਚੰਨਣ ਕੌਰ ਨੇ ਉਹਨੂੰ ਕੁਝ ਵੀ ਪਤਾ ਨਾ ਲੱਗਣ ਦਿੱਤਾ ਚੰਨਣ ਕੌਰ ਮਾਂ ਦੀਆਂ ਘੁੰਮਣ ਘੇਰੀਆਂ ਵਿੱਚ ਘੀਰੀ ਹੋਈ ਸੋਚ ਰਹੀ ਸੀ ਕਿ ਅੱਜ ਆਪਣੇ ਹੀ ਪੁੱਤ ਦੇ ਘਰ ਉਪਰੇ ਜਹੇ ਹੋ ਗਏ ਇੱਕੋ ਪਲ ਵਿੱਚ ਇੱਕੋ ਗਲ ਨਾਲ ਉਹਦੀ ਆਪਣੀ ਹੋਂਦ ਉਸ ਘਰ ਵਿੱਚ ਭਾਰੂ ਹੋ ਗਈ ਸਾਰੀ ਉਮਰ ਬਿਤਣ ਤੋਂ ਬਾਅਦ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਸ ਨੂੰ ਤਾਂ ਜ਼ਿੰਦਗੀ ਵਿੱਚ ਕਿਸੇ ਕਿਸਮ ਦੀ ਸਮਝ ਹੀ ਨਹੀਂ ਸੀ ਆਈ ਇਸ ਅੱਜ ਦੇ ਵੇਲੇ ਦੀਆਂ ਸਮੱਸਿਆਵਾਂ ਨਾਲ ਉਸਨੇ ਕਿਵੇਂ ਜੁੰਝਣਾ ਹੈ ਉਹਨੂੰ ਨਹੀਂ ਸੀ ਪਤਾ ਚੰਨਣ ਕੌਰ ਨੇ ਮਨਜੀਤ ਤੋਂ ਪੁੱਛ ਕੇ ਰਾਤ ਦੇ ਖਾਣੇ ਲਈ ਚਾਰ-ਚਾਰ ਰੋਟੀਆਂ ਲਾ ਲਈਆਂ ਆਖਰ ਢਿੱਡ ਤਾਂ ਭਰਨਾ ਹੀ ਸੀ ਉਸਨੇ ਆਪਣੀਆਂ ਭਰੀਆਂ ਅੱਖਾਂ ਆਪਣੇ ਆਦਮੀ ਤੇ ਪੁੱਤ ਦੋਹਾਂ ਤੋਂ ਬਚਾ ਕੇ ਪੁੰਝ ਸੁੱਟੀਆਂ ਸ਼ਮੀਂਦਰ ਆਪਣੇ ਕਮਰੇ ਤੋਂ ਬਾਹਰ ਨਿਕਲੇ ਹੀ ਨਾ ਦੂਜੇ ਦਿਨ ਵੀ ਉਹ ਸਾਰਾ ਦਿਨ ਆਪਣੇ ਨੋ ਪੁੱਤ ਨੂੰ ਢੀਕਦੇ ਰਹੇ ਸ਼ਾਮ ਪੈਣ ਤੇ ਮਨਜੀਤ ਦਾ ਫੋਨ ਆ ਗਿਆ "ਬੀਜੀ ਤੁਸੀਂ ਕੁਝ ਖਾ ਲਓ ਅਸੀਂ ਧੀਰ ਨਾਲ ਆਵਾਂਗੇ" ਇਸ ਫੋਨ ਨਾਲ ਉਹਨਾਂ ਦੋਹਾਂ ਦੇ ਚਿਹਰੇ ਜਿਵੇਂ ਖਵਾਦੇ ਜੇ ਹੋ ਗਏ ਫਿਰ ਵੀ ਇਹ ਸੋਚ ਕੇ ਮਨ ਨੂੰ ਹੌਸਲਾ ਲਿਆ ਕਿ ਸ਼ਾਇਦ ਕੋਈ ਕੰਮ ਪੈ ਗਿਆ ਹੋਵੇਗਾ ਇਸ ਤੋਂ ਬਾਅਦ ਇਸ ਤਰ੍ਹਾਂ ਦੇ ਕੰਮ ਜਿਵੇਂ ਹਰ ਰੋਜ਼ ਹੀ ਪੈਣ ਲੱਗ ਪਏ ਸਨ ਮਨਜੀਤ ਤਾਂ ਕਦੇ-ਕਦਾਈ ਘਰ ਆ ਕੇ ਕੋਲ ਬੈਠ ਜਾਂਦਾ ਪਰ ਸ਼ਮਿੰਦਰ ਜਿਵੇਂ ਦੁਨੀਆ ਦਾ ਹਰ ਕੰਮ ਉਹੀ ਕਰ ਰਹੀ ਹੁੰਦੀ ਕਦੀ ਵੇਲੇ ਹੀ ਨਾ ਹੁੰਦੀ ਕੰਮ ਤੇ ਨਾ ਹੁੰਦੀ ਤਾਂ ਐਕਸਰਸਾਈਜ਼ ਕਰਨ ਚਲੀ ਜਾਂਦੀ ਐਰੋਬਿਕ ਨਹੀਂ ਤਾਂ ਸਹੇਲੀ ਨੂੰ ਮਿਲਣ ਚਲੀ ਜਾਂਦੀ ਵਰਨਾ ਆਪਣੀ ਮੰਮੀ ਦੇ ਘਰ ਨੂੰ ਚਲੀ ਜਾਂਦੀ ਰਾਤ ਨੂੰ ਦੇਰ ਹੋਈ ਤੇ ਸੌਣ ਲਈ ਘਰ ਆ ਜਾਂਦੀ ਖਾ ਪੀ ਵੀ ਬਾਹਰ ਹੀ ਆਉਂਦੀ ਸੀ ਖਾਣਾ ਬਣਾਉਣ ਦਾ ਉਸ ਨੂੰ ਸ਼ੌਂਕ ਨਹੀਂ ਸੀ ਕਿਚਨ ਦਾ ਕੰਮ ਉਹ ਕਦੀ ਕਰਦੀ ਨਹੀਂ ਸੀ ਬਾਹਰੋਂ ਪੀਜ਼ਾ ਚੁੱਕਿਆ 버ਗਰ ਖਰੀਦੇ ਖਾ ਲਈ ਇਹੋ ਆਦਤ ਮਨਜੀਤ ਨੂੰ ਵੀ ਪੈ ਗਈ ਸੀ ਕਦੀ ਕਦਾਈ ਰੋਟੀ ਖਾਣ ਨੂੰ ਜੀ ਕਰਦਾ ਤਾਂ ਉਹ ਆਪ ਵਿੰਗੀਆਂ ਟੇਡੀਆਂ ਬਣਾ ਲੈਂਦਾ ਸੀ ਘਰ ਵਿੱਚ ਕੋਈ ਬੱਚਾ ਨਹੀਂ ਸੀ ਜਿਸ ਦੀ ਸਮਿੰਦਰ ਨੂੰ ਤਾਂਗ ਹੁੰਦੀ ਚੰਨਣਕੌਰ ਦਿਨੋਦਿਨ ਸੋਚਣ ਲੱਗ ਪਈ ਉਹ ਕਿਹੜਾ ਕੰਮ ਹੈ ਜਿਸ ਲਈ ਉਹਨਾਂ ਦੀ ਨੂੰ ਘਰ ਨਹੀਂ ਵੜਦੀ ਕਦੀ ਕਦਾਈ ਉਹ ਮਨਜੀਤ ਨੂੰ ਪੁੱਛ ਵੀ ਬੈਠਦੀ ਮਨਜੀਤ ਕੋਈ ਲੜ ਸਿਰਾਂ ਨਾ ਫੜਾਉਂਦਾ ਨੂੰ ਪੁੱਤ ਹਨੇਰੇ ਹੋਏ ਘਰ ਵੜਦੇ ਤੇ ਸਿੱਧੇ ਆਪਣੇ ਕਮਰੇ ਵਿੱਚ ਚਲੇ ਜਾਂਦੇ ਪਹਿਲੇ ਹੀ ਦਿਨ ਤੋਂ ਸਮਿੰਦਰ ਦੇ ਇਸ ਵਰਤਾਰੇ ਦੀ ਉਹਨਾਂ ਨੂੰ ਸਮਝ ਨਾ ਆਉਂਦੀ। ਕੁਝ ਆਖੀ ਨਾ ਸੁਣੀ, ਨਾ ਕਹੀ ਨਾ ਕੋਹਾਈ। ਫਿਰ ਇਸ ਤਰ੍ਹਾਂ ਕਿਉਂ? ਉਹ ਸੋਚੀ ਜਾਂਦੇ। ਹਰ ਰੋਜ਼ ਦਿਨ ਇਸ ਤਰ੍ਹਾਂ ਨਿਕਲਣ ਲੱਗ ਪਏ ਸਨ। ਚੰਨਣਕੌਰ ਤੇ ਬੰਤਾ ਸਿੰਘ ਸੋਚਦੇ, ਸਾਡਾ ਇੱਕੋ ਇੱਕ ਪੁੱਤ ਜਿਸ ਦੇ ਆਸਰੇ ਅਸੀਂ ਸੱਤ ਸਮੁੰਦਰ ਪਾਰ ਕਰਕੇ ਬੁਢਾਪੇ ਨੂੰ ਚੁੱਕ ਕੇ ਲਿਆਏ ਹਾਂ। ਆਪਣੀ ਧੀ ਜਿੰਦਰੋ ਨੂੰ ਵੀ ਪਿੱਛੇ ਛੱਡ ਕੇ ਆਏ ਹਾਂ। ਉਥੇ ਹੁੰਦੇ ਦਾ ਧੀ ਨਾਲ ਹੀ ਦੁੱਖ ਸੁੱਖ ਸਾਂਝਾ ਕਰਦੇ ਕਦੀ ਉਹ ਸਾਨੂੰ ਮਿਲਣ ਆ ਜਾਂਦੀ ਕਦੀ ਅਸੀਂ ਉਸ ਨੂੰ ਉਹਦੇ ਸੌਰੀ ਮਿਲਾਉਂਦੇ ਜੇਕਰ ਇਹਨਾਂ ਦੋਹਾਂ ਨੇ ਸਾਡੇ ਨਾਲ ਇਸ ਤਰ੍ਹਾਂ ਦਾ ਹੀ ਸਲੂਕ ਕਰਨਾ ਸੀ ਜਾਂ ਘਰ ਹੀ ਨਹੀਂ ਸੀ ਵੜਨਾ ਤਾਂ ਸਾਨੂੰ ਕਿਉਂ ਮੰਗਵਾਣਾ ਸੀ ਕਿ ਅਸੀਂ ਇਹਨਾਂ ਚਾਰ ਕੰਦਾਂ ਦੀ ਕੈਦ ਕੱਟਣ ਆਏ ਹਾਂ ਪਿੰਡ ਹੁੰਦੇ ਤਾਂ ਆਪਣੇ ਮਨ ਮਰਜ਼ੀ ਦੇ ਬੈਠਦੇ ਉੱਠਦੇ ਸੀ ਮਿਲਦੇ ਗਿਲਦੇ ਸੀ ਆਂਡ ਗਵਾਂਡ ਸੀ ਸਾਖ ਸਕੀਰੀਆਂ ਸਨ ਹੁਣ ਇੱਥੇ ਕੈਨੇਡਾ ਵਿੱਚ ਸਾਖ ਸਕੀਰੀ ਦੇ ਵੀ ਕੋਈ ਅਰਥ ਨਹੀਂ ਰਹੇ ਮੁੰਡੇ ਦੇ ਸਹੁਰੇ ਆਪਣੀ ਆਕੜ ਵਿੱਚ ਹਨ ਜੀ ਹਮਨੇ ਤੋਂ ਤੁਹਾਡੇ ਮੁੰਡੇ ਨੂੰ ਸਵਰਗਾਂ ਵਿੱਚ ਵਾੜਿਆ ਸਾਡੇ ਪੈਰ ਧੋ ਧੋ ਕੇ ਪੀਵੋ ਹੁਣ ਕੀ ਹੱਜ ਚੱਜ ਹੈ ਰਿਸ਼ਤੇਦਾਰੀਆਂ ਦੇ ਕੋਈ ਦੁੱਖ ਸੁੱਖ ਨਹੀਂ ਪੁੱਛਦਾ ਅੰਦਰ ਪੈ ਕੇ ਭਾਵੇਂ ਮਰ ਜਾਵੇ ਇੱਕ ਦਿਨ ਵੀਕੈਂਡ ਤੇ ਬੰਤਾ ਸਿੰਘ ਨੇ ਮਨਜੀਤ ਅਤੇ ਸ਼ਮਿੰਦਰ ਨਾਲ ਗੱਲ ਕਰਨ ਦੀ ਠਾਨ ਲਈ ਉਸ ਨੇ ਬਹੁਤ ਹੀ ਿਰਜਤ ਨਾਲ ਮਨਜੀਤ ਨੂੰ ਆਖਿਆ ਪੁੱਤਰਾ ਕਦੀ ਕੋਈ ਟਾਈਮ ਸਾਡੇ ਲਈ ਵੀ ਕੱਢਿਆ ਕਰੋ ਐਨਾ ਕੰਮ ਵੀ ਠੀਕ ਨਹੀਂ ਹੁੰਦਾ ਬਾਪੂ ਜੀ ਜਾਂ ਤਾਂ ਤੁਹਾਡੇ ਕੋਲ ਬੈਠੀਏ ਜਾਂ ਫਿਰ ਘਰ ਦਾ ਖਰਚ ਚਲਾਈਏ ਪੁੱਤ ਕੰਮ ਤਾਂ ਦੁਨੀਆ ਸਾਰੀ ਕਰਦੀ ਐ ਬੰਤਾ ਸਿੰਘ ਨੇ ਆਖਿਆ ਬਾਪੂ ਜੀ ਉਹਨਾਂ ਲੋਕਾਂ ਨੂੰ ਹੋਰ ਮਦਦ ਵੀ ਬਤੇਰੀ ਹੁੰਦੀ ਐ ਉਹ ਕੱਲੇ ਟੱਬਰਾਂ ਦਾ ਭਾਰ ਨਹੀਂ ਚੁੱਕਦੇ ਮਨਜੀਤ ਨੇ ਜਿਵੇਂ ਨਹੀਂ ਹੋਏ ਜੇ ਆਖਿਆ ਕੀ ਕਰੀਏ ਪੁੱਤਰਾ ਜੇ ਸਾਡੇ ਵੱਸ ਹੋਵੇ ਤਾਂ ਤੇਰੀ ਮਦਦ ਆਸੀਂ ਵੀ ਕਰ ਦਈਏ ਹੁਣ ਇਸ ਮੁਲਕ ਵਿੱਚ ਸਾਨੂੰ ਪਤਾ ਵੀ ਕਾਦਾ ਤੇਰਾ ਵੀ ਕੋਈ ਹੋਰ ਵੀਰ ਹੁੰਦਾ ਤਾਂ ਤੈਨੂੰ ਕੱਲੇ ਨੂੰ ਭਾਰਾ ਨਾ ਚੁੱਕਣਾ ਪੈਂਦਾ ਹੁਣ ਤਾਂ ਬੀਬਿਆ ਇਹ ਸਭ ਤੇਰੇ ਹੀ ਸਿਰ ਆਸ ਕੇ ਕਰ ਜਾਂ ਰੋਗੇ ਬੰਤਾ ਸਿੰਘ ਨੇ ਮਨ ਦੀ ਆਕ ਸੁਣਾਈ ਕੋਲ ਬੈਠੇ ਸ਼ਮਿੰਦਰ ਚੁੱਪ ਕਰਕੇ ਸੁਣਦੀ ਰਹੀ ਬੰਤਾ ਸਿੰਘ ਫਿਰ ਬੋਲਿਆ ਮਨਜੀਤ ਪੁੱਤਰਾ ਤੁਹਾਡੀ ਦੋ ਜੀਆਂ ਦੀ ਕਮਾਈ ਆ ਚਾਰ ਆਪਾਂ ਖਾਣ ਵਾਲੇ ਆ ਕੀ ਇੰਨਾ ਵੀ ਗੁਜ਼ਾਰਾ ਔਖਾ ਹੈ ਬਾਪੂ ਜੀ ਇਹ ਕੈਨੇਡਾ ਹੈ ਇੱਥੇ ਹਰ ਸ਼ੈ ਮੁੱਲ ਦੀ ਆ ਓਵਰਟਾਈਮ ਲਾ ਕੇ ਵੀ ਪੂਰੀ ਨਹੀਂ ਪੈਂਦੀ ਹੁਣ ਜਾਂ ਤਾਂ ਕੰਮ ਕਰੀਏ ਜਾਂ ਫਿਰ ਤੁਹਾਡੇ ਕੋਲ ਬੈਠੀਏ ਮਨਜੀਤ ਨੇ ਸਿਰ ਝੁਟਦੇ ਆਖਿਆ ਚੰਨਣ ਕੌਰ ਵਿੱਚੋਂ ਬੋਲ ਪਈ ਮੱਖਣਾ ਕੰਮ ਨੂੰ ਅਸੀਂ ਕਦ ਬੰਦ ਕਰਦੇ ਆ ਜੰਮ ਜੰਮ ਕਰੋ ਕੰਮ ਬਾਕੀ ਫਿਰਨਾ ਤੁਰਨਾ ਘਟਾ ਲਗੋ ਸਾਰੇ ਹੀ ਕੰਮ ਕਰ ਲਈਦੇ ਆ ਹੁੰਦੇ ਆ ਸਮਿੰਦਰ ਨੂੰ ਇਹ ਗੱਲ ਜਿਵੇਂ ਬਹੁ ਵਰਗੀ ਜਾਪੀ ਔ ਉਸ ਨੂੰ یوں ਮਹਿਸੂਸ ਹੋਇਆ ਜਿਵੇਂ ਉਹਦੀ ਸੱਸ ਨੇ ਉਹਨੂੰ ਸੁਣਾ ਕੇ ਗੱਲ ਆਖੀ ਹੋਵੇ ਤੁਰਦਾ ਫਿਰਦਾ ਕੌਣ ਹੈ ਇੱਕ ਉਹੀ ਹੈ ਜਿਹੜੀ ਆਪਣੀ ਮੰਮੀ ਦੇ ਘਰ ਜਾਂਦੀ ਹੈ ਉਹ ਉਸ ਵੇਲੇ ਕੋਲ ਬੈਠੀ ਆਪਣੇ ਮਨ ਵਿੱਚ ਵਿਸ ਖੋਲਣ ਲੱਗ ਪਈ ਚੰਨਨ ਕੌਰ ਵੀ ਸਮਝ ਗਈ ਕਿ ਉਹਨੂੰ ਮੇਰੀ ਇਹ ਗੱਲ ਚੰਗੀ ਨਹੀਂ ਲੱਗੀ ਚੰਨਣਕੌਰ ਸਿਆਣੀ ਸੀ ਚੁੱਪ ਕਰ ਗਈ ਬੰਤਾ ਸਿੰਘ ਨੇ ਜੋ ਮਨ ਵਿੱਚ ਸੀ ਉਹ ਸਭ ਪਿਆਰ ਦੇ ਨਾਲ ਆਪਣੇ ਪੁੱਤ ਨੂੰ ਆਖ ਸੁਣਾਇਆ ਮਨਜੀਤ ਬੈਠਾ ਸੁਣਦਾ ਰਿਹਾ ਸ਼ਮਿੰਦਰ ਦਾ ਮਨ ਤਲਕੀ ਵਿੱਚ ਹੋਈ ਜਾ ਰਿਹਾ ਸੀ ਪਰ ਕੁਝ ਬੋਲੀ ਨਾ ਉਸ ਰਾਤ ਜਦੋਂ ਸੌਣ ਲਈ ਆਪਣੇ ਬੈੱਡਰੂਮ ਵਿੱਚ ਗਈ ਤਾਂ ਮਨਜੀਤ ਨੂੰ ਆਖਣ ਲੱਗੀ ਮੰਮੀ ਹੋਰਾਂ ਦਾ ਗੱਲ ਕਰਨ ਦਾ ਤਰੀਕਾ ਮੈਨੂੰ ਚੰਗਾ ਨਹੀਂ ਲੱਗਾ ਉਹ ਐਦਾਂ ਗੱਲ ਕਰਦੇ ਸੀ ਜਿਵੇਂ ਮੈਨੂੰ ਹੀ ਸੁਣਾ ਕੇ ਕਰ ਰਹੇ ਹੋਣ ਮੈਨੂੰ ਤਾਂ ਨਹੀਂ ਲੱਗਾ ਉਹ ਤਾਂ ਸਰਸਰੀ ਜੀ ਗੱਲ ਸੀ ਮਨਜੀਤ ਨੇ ਜਿਵੇਂ ਸ਼ਮਿੰਦਰ ਦੇ ਮਨ ਤੋਂ ਭਾਰ ਦੀਆਂ ਤੈਹਾਂ ਨੂੰ ਲਾਉਣਾ ਚਾਹਿਆ ਫਿਰ ਵੀ ਬਾਹਰ ਹੋਰ ਕੌਣ ਜਾਂਦਾ ਹੈ ਮੈਂ ਹੀ ਆਪਣੀ ਮੰਮੀ ਦੇ ਘਰ ਜਾਨੀ ਆ ਮੇਰੀ ਵੀ ਉਹ ਮਾਂ ਹੈ ਕਿਉਂ ਨਾ ਜਾਵਾਂ ਇਹ ਇੰਡੀਆ ਤਾਂ ਹੈ ਨਹੀਂ ਜਿੱਥੇ ਸੱਸ ਸਹੁਰੇ ਦੇ ਰੋਬ ਹੇਠਾਂ ਸਾਹ ਲੈਣਾ ਪਊ ਇੱਥੇ ਤਾਂ ਅਸੀਂ ਉਹਨਾਂ ਨੂੰ ਰੋਟੀ ਖਿਲਾਉਂਦੇ ਆ ਇਹ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਸ਼ਮਿੰਦਰ ਨਿੱਕੀ ਜਈ ਗੱਲ ਨੂੰ ਹੋਰ ਹਵਾ ਦੇ ਰਹੀ ਸੀ ਐਵੇਂ ਵਹਿਮ ਨਹੀਂ ਕਰੀਦੇ ਹੁੰਦੇ ਉਹਨਾਂ ਨੇ ਕਦੋਂ ਕਿਹਾ ਕਿ ਤੂੰ ਆਪਣੀ ਮੰਮੀ ਦੇ ਘਰ ਨਾ ਜਾ ਸਕੇ ਮਨਜੀਤ ਨੇ ਉਹਨੂੰ ਸਮਝਾਉਣ ਵਾਂਗ ਆਖਿਆ ਫੇਰ ਵੀ ਮੈਂ ਦੇਖਦੀ ਆ ਜਦੋਂ ਘਰ ਹੋਵਾਂ ਤਾਂ ਹੈਪੀ ਨਹੀਂ ਹੁੰਦੇ ਐਵੇਂ ਕਮਲੀਆਂ ਗੱਲਾਂ ਨਾ ਕਰਿਆ ਕਰ ਉਹਨਾਂ ਲਈ ਅਸੀਂ ਹੀ ਤਾਂ ਹਾਂ ਹੋਰ ਹੈਵੀ ਕੌਣ ਇੱਕੋ ਗੱਲੋਂ ਇਹ ਸੱਚੇ ਵੀ ਹਨ ਅਸੀਂ ਉਹਨਾਂ ਨੂੰ ਆਪਣਾ ਵਕਤ ਦਿੱਤਾ ਵੀ ਕਦੋਂ ਹੈ ਮਨਜੀਤ ਨੂੰ ਗੱਲ ਵਧਾਉਣਾ ਨਹੀਂ ਸੀ ਚਾਹੁੰਦਾ ਮੇਰੇ ਕੋਲ ਤਾਂ ਟਾਈਮ ਹੈ ਨਹੀਂ ਕੰਮ ਛੱਡ ਕੇ ਘਰ ਕਿਵੇਂ ਬੈਠ ਜਾਵਾਂ ਇਹ ਉਹਨਾਂ ਨੂੰ ਅੰਡਰਸਟੈਂਡ ਕਰਨ ਦੀ ਲੋੜ ਆ ਸ਼ਮਿੰਦਰ ਆਖ ਰਹੀ ਸੀ ਮੈਂ ਪਿਆਰ ਨਾਲ ਸਮਝਾ ਦੇਵਾਂਗਾ ਤੂੰ ਚਿੰਤਾ ਨਾ ਕਰ ਮਨਜੀਤ ਨੇ ਸਮਿੰਦਰ ਨੂੰ ਭਰੋਸਾ ਦਿਵਾਉਣਾ ਚਾਹਿਆ ਸ਼ਮਿੰਦਰ ਬਿਸਤਰੇ ਵਿੱਚ ਪਈ ਕਿੰਨਾ ਚਿਰ ਸੋਚਦੀ ਰਹੀ ਜਦੋਂ ਉਸਨੇ ਮਨਜੀਤ ਨੂੰ ਰੋਕਿਆ ਸੀ ਕਿ ਆਪਣੇ ਮੰਮੀ ਡੈਡੀ ਨੂੰ ਨਾ ਮੰਗਾਵੇ ਪਰ ਉਹ ਨਾ ਮੰਨਿਆ ਕਹਿੰਦਾ ਸੀ ਕਿ ਉਹਨਾਂ ਲਈ ਪਿੰਡ ਵਿੱਚ ਹੈ ਵੀ ਕੀ ਇੱਕ ਭੈਣ ਹੈ ਉਹ ਵੀ ਆਪਣੇ ਸਹੁਰੇ ਘਰ ਗਈ ਹੋਈ ਹੈ ਇੱਥੇ ਹੋਣਗੇ ਤਾਂ ਆਪਣੇ ਲਈ ਸੌਖ ਹੋ ਜਾਵੇਗੀ ਘਰ ਆਉਂਦਿਆਂ ਨੂੰ ਰੋਟੀ ਵੀ ਪੱਕੀ ਮਿਲੇਗੀ ਦੁੱਖ ਸੁੱਖ ਵੇਲੇ ਆਪਣੇ ਕੋਲ ਵੀ ਹੋਣਗੇ ਸ਼ਮਿੰਦਰ ਨੇ ਬਹੁਤਾ ਨਾ ਰੋਕਿਆ ਪਰ ਉਹਦਾ ਅੰਦਰਲਾ ਮਨ ਆਖ ਰਿਹਾ ਸੀ ਮੈਂ ਤਾਂ ਕਿਸੇ ਦੇ ਵਿੱਚ ਰਹਿਣਾ ਪਸੰਦ ਨਹੀਂ ਕਰਦੀ ਮੈਂ ਇੱਕ ਆਜ਼ਾਦ ਪੰਛੀ ਆ ਵਿਆਹ ਵੀ ਏਸੇ ਲਈ ਕਰਵਾਇਆ ਸੀ ਕਿ ਮੈਂ ਆਪਣੀ ਪੂਰੀ ਆਜ਼ਾਦੀ ਨਾਲ ਰਹਿ ਸਕਾਂ ਉਹਦੀ ਮਾਂ ਦੇ ਘਰ ਵਿੱਚ ਹਮੇਸ਼ਾ ਭੀੜ ਲੱਗੀ ਰਹਿੰਦੀ ਸੀ ਉਹ ਉਸ ਰੋਲੇ ਰੱਪੇ ਤੋਂ ਤੰਗ ਆ ਜਾਂਦੀ ਸੀ ਉਸ ਦੀਆਂ ਪਰਜਾਈਆਂ ਪਿੰਡਾਂ ਤੋਂ ਉੱਠ ਕੇ ਆਈਆਂ ਸਨ ਉਹ ਬਹੁਤ ਉੱਚਾ ਬੋਲਦੀਆਂ ਸਨ ਕੋਈ तहज़ीब ਹੀ ਨਹੀਂ ਸੀ ਉਹਨਾਂ ਨੂੰ ਨਾ ਖਾਣ ਦਾ ਛੱਜ ਨਾ ਬੋਲਣ ਦਾ ਸਲੀਕਾ ਉਹ ਆਪਣਾ ਜੀਵਨ ਮਾਡਰਨ ਢੰਗ ਨਾਲ ਜਿਉਣਾ ਚਾਹੁੰਦੀ ਸੀ ਟੱਬਰ ਦੇ ਜੀ ਦੋਸਤਾਂ ਨੂੰ ਜਦੋਂ ਸਦੋ ਤਾਂ ਹੀ ਆਉਣ ਇਹ ਵੀ ਕੋਈ ਗੱਲ ਹੋਈ ਕਿ ਜਦੋਂ ਜੀ ਕੀਤਾ ਕੋਈ ਵੀ ਮੂੰਹ ਚੁੱਕ ਕੇ ਉੱਠ ਕੇ ਤੁਰ ਪਿਆ ਨਾ ਵੇਲੇ ਦਾ ਵਿਚਾਰ ਤੇ ਨਾ ਹੀ ਕਿਸੇ ਦੀ ਪ੍ਰਾਈਵੇਸੀ ਦਾ ਫਿਕਰ ਸ਼ਮਿੰਦਰ ਨੂੰ ਕੈਨੇਡਾ ਆਇਆ ਕਾਫੀ ਸਮਾਂ ਹੋ ਗਿਆ ਸੀ ਉਹ ਸਕੂਲ ਵੀ ਕੈਨੇਡਾ ਆ ਕੇ ਹੀ ਗਈ ਸੀ ਇਥੇ ਹੀ ਪੜੀ ਪੜੀ ਲਿਖੀ ਵੱਡੀ ਹੋਈ ਇਥੇ ਦੀ ਸਭਿਆਤਾ ਹੀ ਉਹ ਜਾਣਦੀ ਸੀ ਉਸ ਦੀ ਮੰਮੀ ਕੋਲ ਸਮਾਂ ਕਿੱਥੇ ਸੀ ਆਪਣੇ ਬੱਚਿਆਂ ਨੂੰ ਕੁਝ ਦੱਸਣ ਜਾਂ ਸਮਝਾਉਣ ਦਾ ਛੇ ਧੀਆਂ ਪੁੱਤਾਂ ਵਿੱਚ ਉਹ ਲਪੇਟੀ ਪਈ ਸੀ ਸ਼ਮਿੰਦਰ ਉਸ ਰਾਤ ਸੌ ਨਾ ਸਕੀ ਬਸ ਪਲ ਸੇਟੇ ਜੇ ਮਾਰਦੀ ਰਹੀ ਮਨਜੀਤ ਨੂੰ ਵੀ ਹੋਰ ਕੁਝ ਨਾ ਆਖ ਸਕੀ ਹੁਣ ਉਹ ਜਦੋਂ ਆ ਹੀ ਗਏ ਹਨ ਉਸ ਨੂੰ ਸਹਿਣਾ ਤਾਂ ਪੈਣਾ ਹੀ ਸੀ ਹਰ ਸ਼ਾਮ ਜਦੋਂ ਕੰਮ ਤੋਂ ਪਰਤਦੀ ਤਾਂ ਉਹ ਆਪਣੀ ਮੰਮੀ ਦੇ ਘਰ ਨੂੰ ਚਲੀ ਜਾਂਦੀ ਜਿੱਥੇ ਰੌਲਾ ਗੱਪਾ ਸੀ ਭਾਵੇਂ ਭਰਾ ਪਰਜਾਈਆਂ ਉਸ ਦੀ ਮਾਂ ਤੋਂ ਅੱਡ ਹੋ ਗਏ ਸਨ ਫੇਰ ਵੀ ਆਉਂਦੇ ਜਾਂਦੇ ਰੌਲਾ ਰੱਪਾ ਪਾਈ ਰੱਖਦੇ ਆਪਣੀ ਮੰਮੀ ਦੀ ਉਹ लाਡਲੀ ਧੀਆ ਤਾਂ ਹੋਰ ਵੀ ਦੋ ਸਨ ਵੱਡੀ ਵਿਆਹੀ ਹੋਈ ਸੀ ਛੋਟੀ ਸਤਿੰਦਰ ਨੇ ਆਪ ਵਿਆਹ ਕਰਵਾ ਲਿਆ ਜਿਹੜੀ ਵਿਆਹੀ ਹੋਈ ਸੀ ਉਹ ਆਪਣੇ ਸੱਸ ਸਹੁਰੇ ਵਿੱਚ ਰਲ ਮਿਲ ਕੇ ਗਈ ਸੀ ਸਤਿੰਦਰ ਆਪ ਹੁਦਰੀ ਸੀ ਕਿਸੇ ਦਾ ਕਹਿਣਾ ਨਹੀਂ ਸੀ ਮੰਨਦੀ ਉਹਦੀਆਂ ਵਾਂਗਾਂ ਐਨੀਆਂ ਢੀਲੀਆਂ ਹੋ ਗਈਆਂ ਸਨ ਕਿ ਉਸ ਨੇ ਇੱਕ ਦਿਨ ਗੋਰੇ ਨਾਲ ਰਜਿਸਟਰੀ ਦੇ ਦਫ਼ਤਰ ਜਾ ਕੇ ਵਿਆਹ ਕਰਵਾ ਲਿਆ ਮਾਪਿਓ ਭੈਣ ਭਰਾ ਦੇ ਵੀ ਉਸ ਨੂੰ ਲੋੜਨਾ ਪਈ ਸ਼ਮਿੰਦਰ ਦੀ ਮੰਮੀ ਚਰਨਕੌਰ ਨੇ ਉਸ ਧੀ ਨੂੰ ਕਦੀ ਮੁੜ ਕੇ ਬੁਲਾਇਆ ਹੀ ਨਹੀਂ ਇਹ ਜ਼ੋਰ ਉਹਦੇ ਪੁੱਤਰ ਤੇ ਨੂਹਾਂ ਦਾ ਸੀ ਉਹ ਕਹਿੰਦੇ ਸਨ ਕਿ ਜੇ ਸਿੰਧੋ ਨਾਲ ਮਿਲਣਾ ਗਿਲਣਾ ਹੈ ਤਾਂ ਅਸੀਂ ਤੇਰੇ ਘਰ ਨਹੀਂ ਆਵਾਂਗੇ ਜੇਕਰ ਅਸੀਂ ਨਹੀਂ ਆਵਾਂਗੇ ਤਾਂ ਤੂੰ ਆਪਣੇ ਪੋਤੇ-ਪੋਤੀਆਂ ਨੂੰ ਨਹੀਂ ਦੇਖ ਸਕੇਂਗੀ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚਾਂ ਤੇ ਕਿਸੇ ਕਿਸਮ ਦਾ ਗਲਤ ਪ੍ਰਭਾਵ ਪਵੇ ਚਰਨਕੌਰ ਨੇ ਸਾਰੇ ਟੱਬਰ ਨੂੰ ਛੱਡਣ ਨਾਲੋਂ ਆਪਣੀ ਇਕਤੀ ਛੱਡ ਦਿੱਤੀ ਆਪਣੀ ਹੀ ਕੁਤੇ ਪੱਥਰ ਧਰ ਲਿਆ ਹੁਣ ਉਸ ਲਈ ਸ਼ਮੀਂਦਰ ਹੀ ਇੱਕ ਐਸਾ ਜੀ ਸੀ ਜਿਹੜੀ ਮਾਂ ਦੀ ਹਰ ਗੱਲ ਮੰਨਦੀ ਸੀ ਵੱਡੀ ਧੀ ਸੋਹਰੇ ਰਚਮਿਚ ਗਈ ਸੀ ਆਪਣੀ ਮਾਂ ਦਾ ਬਹੁਤਾ ਧਿਆਨ ਨਹੀਂ ਸੀ ਕਰਦੀ ਇਸ ਲਈ ਚਰਨਕੌਰ ਨੇ ਸ਼ਮਿੰਦਰ ਨੂੰ ਆਪਣੇ ਹੱਥ ਵਸ ਵਿੱਚ ਇਸ ਤਰ੍ਹਾਂ ਕੀਤਾ ਹੋਇਆ ਸੀ ਕਿ ਉਹਦੇ শিকੰਜੇ ਤੋਂ ਨਿਕਲ ਹੀ ਨਾ ਸਕੇ ਦਰਅਸਲ ਚਰਨਕੌਰ ਨਹੀਂ ਸੀ ਚਾਹੁੰਦੀ ਕਿ ਸ਼ਮਿੰਦਰ ਵੀ ਆਪਣੇ ਸੱਸ ਸੋਹਰੇ ਵਿੱਚ ਐਨੀ ਰੁੱਝ ਜਾਵੇ ਜਿਹੜਾ ਉਹਦੀ ਬਾਤ ਹੀ ਨਾ ਪੁੱਛੇ ਇਸ ਮੁਲਕ ਵਿੱਚ ਕੌਣ ਮੁੰਡੇ ਵਾਲਿਆਂ ਨੂੰ ਪੁੱਛਦਾ ਹੈ ਉਹ ਸੋਚਦੀ ਉਸ ਨੇ ਤਾਂ ਉਹਨਾਂ ਉੱਤੇ ਬਹੁਤ ਵੱਡਾ ਐਹਸਾਨ ਕੀਤਾ ਸੀ ਚਰਨਕੌਰ ਦੀ ਭਲਾਈ ਹੀ ਸੀ ਜਿਹੜਾ ਉਹਨਾਂ ਦਾ ਪੁੱਤ ਮੰਗਵਾ ਲਿਆ ਸੀ ਬਿਨਾ ਕੋਈ ਪੈਸਾ ਤੇ ਲਾ ਲਿਆ ਵਰਨਾ ਲੋਕੀ 10-10 ਲੱਖ ਰੁਪਏ ਧਰਾਉਂਦੇ ਹਨ ਪਹਿਲਾਂ ਤੇ ਫਿਰ ਰਾਧਾਰੀ ਕਲਦੇ ਹਨ ਉਸ ਨੇ ਆਪਣੇ ਪੁੱਤਾਂ ਨੂੰ ਹਾਂ ਵਿੱਚ ਬਥੇਰੀ ਤਰੇੜ ਪਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਇੱਕ ਨਾ ਚੱਲੀ ਉਸ ਦੀ ਅਨੂਹਾਂ ਸੁਚੇਤ ਸਨ ਉਹਨਾਂ ਨੂੰ ਪਤਾ ਸੀ ਕਿ ਚਰਨਕੌਰ ਨੇ ਆਪਣੇ ਵੱਡੇ ਪੁੱਤਰ ਜਗਤਾਰ ਦੀ ਧੀ ਦਰਸ਼ੀ ਪਹਿਲਾਂ ਹੀ ਛੱਡੀ ਹੋਈ ਹੈ ਉਹ ਕੁੜੀ ਪੜ੍ਹੀ ਲਿਖੀ ਸੀ ਪਰ ਚਰਨਕੌਰ ਨੇ ਉਹਦੇ ਵੀ ਪੈਰ ਨਹੀਂ ਸੀ ਲੱਗਣ ਦਿੱਤੇ ਆਖਰ ਚਰਨਕੌਰ ਤੋਂ ਤੰਗ ਆ ਕੇ ਆਪਣੇ ਪਲੇਠੇ ਬੱਚੇ ਨੂੰ ਲੈ ਕੇ ਇੰਗਲੈਂਡ ਆਪਣੇ ਮਾਪੇ-ਬਾਪ ਕੋਲ ਚਲੀ ਗਈ ਉਹ ਚੰਗੀ ਨੌਕਰੀ ਕਰਦੀ ਸੀ ਆਪਣੇ ਬੱਚੇ ਨੂੰ ਪਾਲਦੀ ਸੀ ਚਰਨਕੌਰ ਨੇ ਆਪਣੇ ਪੁੱਤ ਨੂੰ ਐਸੀਆਂ ਪੱਟੀਆਂ ਪੜਾਈਆਂ ਸਨ ਕਿ ਉਸ ਨੇ ਆਪਣੇ ਘਰਵਾਲੀ ਦਾ ਮੁੜ ਕੇ ਨਾਂ ਵੀ ਨਹੀਂ ਲਿਆ ਬਤੇਰੀਆਂ ਦੇਖੀਆਂ ਇਦਾਂ ਦੀਆਂ ਨੂਹਾ ਮੇਰੇ ਪੁੱਤਾਂ ਨੂੰ ਕੁੜੀਆਂ ਦੇ ਘਾਟੇ ਉਹ ਸਭ ਨੂੰ ਹੁਬ ਕੇ ਆਖਦੀ ਹੁੰਦੀ ਸੀ ਚਰਨਕੌਰ ਨੇ ਆਪਣੇ ਵੱਡੇ ਪੁੱਤ ਜਗਤਾਰ ਦਾ ਦੁਬਾਰਾ ਵਿਆਹ ਕਰ ਲਿਆ ਜਦੋਂ ਉਹ ਆਪਣੀ ਇਸ ਨਵੀਂ ਨੂੰ ਕੁਲਦੀਪ ਨਾਲ ਇਹੋ ਹਾਲ ਕਰਨ ਲੱਗੀ ਤਾਂ ਕੁਲਦੀਪ ਨੇ ਮੋਰੇ ਡੰਡਾ ਚੁੱਕ ਲਿਆ ਆਖਣ ਲੱਗੀ ਮੈਂ ਤੇਰੀ ਵੱਡੀ ਨੂੰ ਵਰਗੀ ਕਮਜ਼ੋਰ ਨਹੀਂ ਆ ਤੂੰ ਉਸ ਨੂੰ ਹੀ ਘਰੋਂ ਕੱਢ ਦਿੱਤਾ ਮੈਂ ਕਿਤੇ ਨਹੀਂ ਜਾਣ ਲੱਗੀ ਤੇਰੇ ਅਰਗੀਆਂ ਸੱਸਾਂ ਦਾ ਡੰਡਾ ਪੀਰ ਹੈ ਚਰਨਕੌਰ ਨੂੰ ਦੀ ਇਸ ਗੱਲ ਤੋਂ ਡਰ ਗਈ ਕਿਧਰੇ ਲੋਕਾਂ ਵਿੱਚ ਗੱਲ ਨਾ ਨਿਕਲੇ ਉਹ ਚੁੱਪ ਕਰਕੇ ਬੈਠ ਗਈ ਦੂਜੀ ਨੂੰ ਉਸ ਦੇ ਭਗਲੇ ਪੁੱਤ ਕੁਲਤਾਰ ਦੀ ਘਰ ਵਾਲੀ ਆਉਂਦੀ ਹੀ ਜੁਦੀ ਹੋ ਗਈ ਐਸੇ ਕਰ ਨੂੰ ਆਪਣੀਆਂ ਧੀਆਂ ਨੂੰ ਆਪਣੇ ਹੱਥ ਵਸ ਰੱਖਣਾ ਚਾਹੁੰਦੀ ਸੀ ਉਹਦਾ ਖਿਆਲ ਸੀ ਕਿ ਹਰ ਸੱਸ ਇਸੇ ਤਰ੍ਹਾਂ ਦਾ ਵਿਵਾਰ ਕਰਦੀ ਹੁੰਦੀ ਹੈ ਜਿਸ ਤਰ੍ਹਾਂ ਉਹ ਆਪ ਕਰ ਰਹੀ ਸੀ ਉਸ ਦੀ ਵੱਡੀ ਧੀ ਮਨਿੰਦਰ ਨੇ ਵਿਆਹ ਹੁੰਦੇ ਪਹਿਲਾਂ ਆਪਣੇ ਘਰ ਦਾ ਸੁੱਖ ਦੇਖਿਆ ਉਸ ਨੇ ਆਪਣੀ ਮਾਂ ਦੀ ਇੱਕ ਨਾ ਮੰਨੀ ਮਾਂ ਨਿਹੋਰੇ ਲਾ ਚੁੱਕੀ ਮਨਿੰਦਰ ਤੇ ਜਿਵੇਂ ਕੋਈ ਅਸਰ ਨਾ ਹੁੰਦਾ ਉਹ ਇੱਕ ਕੰਨ ਸੁਣਦੀ ਦੂਜੇ ਕੰਨ ਕੱਢ ਦਿੰਦੀ ਕਦੀ ਕਦਾਈ ਮਾਂ ਨੂੰ ਮਿਲਣ ਜ਼ਰੂਰ ਆ ਜਾਂਦੀ ਤੇ ਆਪਣੇ ਆਦਮੀ ਨਾਲ ਉਸੇ ਦਿਨ ਵਾਪਸ ਘਰ ਨੂੰ ਚਲੀ ਜਾਂਦੀ ਉਸ ਨੇ ਸਹੁਰੇ ਘਰ ਦੀ ਸੁੱਖ ਸ਼ਾਂਤੀ ਦੇਖ ਲਈ ਸੀ ਜੋ ਉਸ ਨੂੰ ਚੰਗੀ ਲੱਗੀ ਸੀ ਘਰ ਵਿੱਚ ਆਉਂਦੀਆਂ ਨਨਾਨਾ ਵੀ ਆਉਂਦੀਆਂ ਜਾਂਦੀਆਂ ਸਨ ਦਿਉਰ ਦਰਾਣੀਆਂ ਵੀ ਰਹਿੰਦੇ ਸਨ ਕਿਸੇ ਕਿਸਮ ਦਾ ਪਿੰਨ ਭੇਤ ਭਾਵ ਉਸ ਘਰ ਵਿੱਚ ਹੈ ਹੀ ਨਹੀਂ ਸੀ ਉਸ ਦੀ ਸੱਸ ਆਪਣੀਆਂ ਨੋਹਾਂ ਤੇ ਧੀਆਂ ਨੂੰ ਬਰਾਬਰ ਸਮਝਦੀ ਸੀ ਉਸ ਵੇਲੇ ਮਨਜਿੰਦਰ ਸੋਚਦੀ ਕਿ ਉਹਦੀ ਆਪਣੀ ਮਾਂ ਦੇ ਘਰ ਇਹ ਸੁੱਖ ਕਿਉਂ ਨਹੀਂ ਕਿਉਂ ਉਹ ਹਰ ਵੇਲੇ ਇਸ ਤਾੜ ਵਿੱਚ ਰਹਿੰਦੀ ਆ ਕਿ ਆਪਣੇ ਪੁੱਤਾਂ ਤੇ ਨੋਹਾਂ ਨੂੰ ਵੱਖ ਕਰ ਦੇਵੇ ਮਨਿੰਦਰ ਨੇ ਆਪਣੇ ਮਨ ਦੀ ਗੱਲ ਇੱਕ ਵਾਰ ਸ਼ਮਿੰਦਰ ਨੂੰ ਆਖੀ ਵੀ ਸੀ ਕਹਿਣ ਲੱਗੀ ਦੇਖੀਨੂ ਮੰਮੀ ਤਾਂ ਆਪਣੀ ਹੀ ਹੈ ਉਸ ਨੂੰ ਉਹਦੀ ਗਲਤ ਗੱਲ ਬਾਰੇ ਕਹਿ ਦੇਣਾ ਗੁਸਤਾਖੀ ਨਹੀਂ ਹੈ ਜੇਕਰ ਤੂੰ ਸੁਖੀ ਰਹਿਣਾ ਤਾਂ ਆਪਣੇ ਆਪ ਲਈ ਸੋਚਣਾ ਸ਼ੁਰੂ ਕਰ ਦੇ ਸ਼ਮਿੰਦਰ ਨੂੰ ਆਪਣੀ ਭੈਣ ਦੀ ਗੱਲ ਵਿਅਵਰਗੀ ਲੱਗੀ ਉਸ ਨੇ ਮਨਿੰਦਰ ਨੂੰ ਮੁੜ ਕੇ ਕੁਝ ਕਿਹਾ ਹੀ ਨਹੀਂ ਪਰ ਉਹਦੇ ਘਰ ਆਉਣਾ ਜਾਣਾ ਘਟਾ ਦਿੱਤਾ ਸ਼ਮਿੰਦਰ ਨਾ ਭਰਾ ਪਰਜਾਇਆਂ ਨੇ ਕਰੀ ਬਿਨ ਬੁਲਾਏ ਜਾਂਦੀ ਤੇ ਨਾ ਹੀ ਭੈਣ ਦੇ ਘਰ ਬਸ ਆਪਣੀ ਮੰਮੀ ਦੇ ਘਰ ਜਾਂਦੀ ਉਸ ਦੀ ਮੰਮੀ ਨੇ ਉਸ ਨੂੰ ਇੰਨਾ ਕੰਟਰੋਲ ਵਿੱਚ ਕੀਤਾ ਹੋਇਆ ਸੀ ਕਿ ਉਹ ਆਪਣੀ ਮਾਂ ਤੋਂ ਬਿਨਾ ਕੁਝ ਕਰ ਹੀ ਨਹੀਂ ਸੀ ਸਕਦੀ ਉਸ ਦੀ ਮਾਂ ਨੇ ਉਸ ਨੂੰ ਸਮਝਾਇਆ ਕਿ ਤੂੰ ਕਾਹਨੂੰ ਆਪਣੇ ਸੱਸ ਸਹੁਰੇ ਦੇ ਅੱਗੇ ਪਿੱਛੇ ਫਿਰਨਾ ਉਹ ਆਪੇ ਆਪਣਾ ਕੰਮ ਕਰਦੇ ਰਹਿਣਗੇ ਪਹਿਲਾਂ ਤੂੰ ਹੀ ਉਹਨਾਂ ਦੇ ਮੋਰੇ ਕੰਮ ਕਰਕੇ ਉਹਨਾਂ ਦੀ ਆਦਤ ਵਿਗਾੜ ਦਿੱਤੀ ਤਾਂ ਔਖੀ ਹੋਵेंगी ਆਪੇ ਉਹਨਾਂ ਦਾ ਪੁੱਤ ਉਹਨਾਂ ਦਾ ਖਰਚ ਕਰੂਗਾ। ਤੈਨੂੰ ਕੀ ਲੋੜ ਪਈਏ ਖਰਚ ਕਰਨ ਦੀ? ਮੈਂ ਤੈਨੂੰ ਪੜਾਇਆ, ਕੰਮ ਤੇ ਲਾਇਆ ਆਪਣੀ ਜ਼ਿੰਦਗੀ ਸਵਾਰਨ ਲਈ, ਨਾ ਕਿ ਕਮਾਈ ਕਰਕੇ ਉਹਨਾਂ ਨੂੰ ਸਾਂਭਣ ਲਈ। ਫਰਜ਼ ਮਨਜੀਤ ਦਾ ਬਣਦਾ ਹੈ ਘਰ ਚਲਾਵੇ, ਤੇਰੀ ਦੇਖਭਾਲ ਕਰੇ। ਤੇਰੀ ਕਮਾਈ ਤੇਰੀ ਆਪਣੀ ਹੈ। ਉਹਦੀ ਕਮਾਈ ਘਰ ਚਲਾਉਣ ਵਾਸਤੇ ਹੈ। ਇਸੇ ਲਈ ਸਮਿੰਦਰ ਆਪਣੀ ਤਨਖਾਹ ਵੱਖ ਰੱਖਦੀ। ਮਨਜੀਤ ਆਪਣੀ ਵੱਖ ਜਦੋਂ ਮਨਜੀਤ ਨੇ ਆਪਣੇ ਬਾਪੂ ਜੀ ਨੂੰ ਕਿਹਾ ਸੀ ਕਿ ਓਵਰਟਾਈਮ ਤੋਂ ਬਿਨਾ ਗੁਜ਼ਾਰਾ ਨਹੀਂ ਹੁੰਦਾ ਉਹਦਾ ਇਹ ਭਾਵ ਸੀ ਕਿ ਕਮਾਈ ਉਹਦੀ ਇਕੱਲੇ ਦੀ ਹੈ ਪਰ ਬੰਤਾ ਸਿੰਘ ਤੇ ਚੰਨਣਕੌਰ ਨੂੰ ਕੀ ਪਤਾ ਸੀ ਕਿ ਮਨਜੀਤ ਕੀ ਆਖ ਰਿਹਾ ਹੈ ਮਨਜੀਤ ਨੇ ਆਪਣੇ ਮਨ ਦੀ ਕੁੰਡੀ ਆਪਣੇ ਮਾਪੇ ਦੇ ਕੋਲ ਖੋਲੀ ਹੀ ਨਾ ਉਹ ਕੀ ਦੱਸਦਾ ਕਿ ਉਹਦੇ ਘਰ ਵਾਲੀ ਉਹਦਾ ਸਾਥ ਨਹੀਂ ਦੇ ਰਹੀ ਉਹ ਕੀ ਕਹਿੰਦਾ ਕਿ ਚੋਹਾ ਜੀਆ ਦਾ ਖਰਚਾ ਕਰਦਾ ਖਰਚਾ ਬਿੱਲ ਬੱਤੀਆਂ ਉਹਨੂੰ ਇਕੱਲੇ ਨੂੰ ਕਰਨੇ ਪੈ ਰਹੇ ਹਨ ਉਹ ਕੀ ਦੱਸਦਾ ਕਿ ਇਨ੍ਹਾਂ ਮੁਲਕਾਂ ਵਿੱਚ ਇਸ ਤਰ੍ਹਾਂ ਵੀ ਹੋ ਸਕਦਾ ਹੈ ਇਸ ਦੇਸ਼ ਵਿੱਚ ਹਰ ਇਨਸਾਨ ਐਸਾ ਆਜ਼ਾਦ ਖਿਆਲ ਹੈ ਕਿ ਜ਼ਿੰਮੇਵਾਰੀ ਨਾਂ ਦੀ ਕੋਈ ਚੀਜ਼ ਉਹਦੇ ਪੈਰਾਂ ਵਿੱਚ ਬੀੜੀਆਂ ਨਹੀਂ ਪਾਉਂਦੀ ਇੱਥੇ ਕੋਈ ਇਨਸਾਨ ਹੋਰ ਕਿਸੇ ਦੂਜੇ ਇਨਸਾਨ ਤੇ ਖਰਚ ਨਹੀਂ ਕਰਦਾ ਇਹ ਸਿਰਫ ਸਾਡੇ ਹੀ ਸੰਸਕਾਰ ਹਨ ਜਿਨ੍ਹਾਂ ਨਾਲ ਸ਼ਰਮੋ ਕੁਸ਼ਰਮੀ ਅਸੀਂ ਇਹਨਾਂ ਰਸਮਾਂ ਦਾ ਪਾਲਣ ਕਰੀ ਜਾਂਦੇ ਹਾਂ ਉਹ ਕੀ ਕਹਿੰਦਾ ਇਸ ਮੁਲਕ ਵਿੱਚ ਬੱਚੇ ਮਾਪੇ ਨੂੰ 올ਡ ਪੀਪਲਸ ਹੋਮ ਵਿੱਚ ਛੱਡ ਆਉਂਦੇ ਨੇ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ ਪਰ ਉਹ ਕੁਝ ਵੀ ਆਖ ਨਹੀਂ ਸਕਦਾ ਉਹ ਤਾਂ ਖੁਦ ਸ਼ਰਮਿੰਦਾ ਸੀ ਆਪਣੇ ਬਾਪੂ ਜੀ ਤੋਂ ਆਪਣੀ ਬੀਜੀ ਤੋਂ ਕੀ ਦੱਸੇ ਕਿਵੇਂ ਸਮਝਾਵੇ ਕਿ ਕੈਨੇਡਾ ਆ ਕੇ ਉਸ ਦੀ ਜ਼ਿੰਦਗੀ ਦੀਆਂ ਧੱਜੀਆਂ ਉੱਡ ਗਈਆਂ ਹਨ ਪਰ ਉਹ ਫਿਰ ਵੀ ਚੁੱਪ ਰਹਿੰਦਾ ਕੋਸ਼ਿਸ਼ ਇਹ ਕਰਦਾ ਕਿ ਨਾ ਤਾਂ ਮਾਪਿਓ ਨੂੰ ਕੁਝ ਆਖੇ ਤੇ ਨਾ ਹੀ ਸ਼ਮਿੰਦਰ ਨੂੰ ਉਸ ਨੂੰ ਪਤਾ ਸੀ ਕਿ ਸ਼ਮਿੰਦਰ ਨੇ ਚੱਲਣਾ ਵੀ ਨਹੀਂ ਇਸ ਗੱਲ ਦਾ ਭੇਦ ਉਹ ਆਪਣੇ ਮਾਪਿਓ ਕੋਲ ਵੀ ਖੋਲਣਾ ਨਹੀਂ ਸੀ ਚਾਹੁੰਦਾ ਇਸੇ ਲਈ ਉਸ ਨੇ ਸ਼ਮਿੰਦਰ ਨੂੰ ਉਹਨਾਂ ਦੇ ਆਉਣ ਤੋਂ ਪਹਿਲਾਂ ਬਿਠਾਲ ਕੇ ਕਿਹਾ ਸ਼ੀਨੂ ਮੈਂ ਤੇਰੀ ਸੋਚ ਨੂੰ ਸਮਝਣ ਦੀ ਕੋਸ਼ਿਸ਼ ਕਰ ਸਕਦਾ ਪਰ ਜਿਸ ਵਾਤਾਵਰਣ ਵਿੱਚ ਉਹ ਜੀਏ ਹਨ ਉਹਨਾਂ ਲਈ ਸਮਝਣਾ ਔਖਾ ਹੈ ਏਸ ਲਈ ਤੂੰ ਕੋਸ਼ਿਸ਼ ਕਰੇਂ ਕਿ ਉਹਨਾਂ ਨੂੰ ਕੁਝ ਨਾ ਆਖੇ ਜਿੰਨੀ ਮੇਰੀ ਬਾਹ ਲੱਗੀ ਮੈਂ ਤੈਨੂੰ ਔਖੀ ਨਹੀਂ ਹੋਣ ਦਿੰਦਾ ਪਰ ਮੈਂ ਕੁਝ ਕਹਿਣਾ ਕਹਾਣਾ ਨਹੀਂ ਕਿਸੇ ਤੋਂ ਸ਼ਮਿੰਦਰ ਨੇ ਵੀ ਦਿਲ ਦੀ ਦੱਸ ਦਿੱਤੀ ਸੀ ਮੈਨੂੰ ਬਾਪੂ ਜੀ ਦਾ ਪਤਾ ਹੈ ਉਹ ਬਿਨਾਂ ਕਿਸੇ ਗੱਲ ਤੇ ਕਦੇ ਕੁਝ ਕਹਿਣ ਵਾਲੇ ਨਹੀਂ ਹਨ ਬੀਜੀ ਨੂੰ ਵੀ ਮੈਂ ਸਮਝਾ ਦਿਆਂਗਾ ਮਨਜੀਤ ਨੇ ਸਮਿੰਦਰ ਦਾ ਹੌਸਲਾ ਬੰਨਿਆ ਦਿਨ ਗੁਜ਼ਰਨ ਲੱਗ ਪਏ ਬੰਤਾ ਸਿੰਘ ਤੇ ਚੰਨਣਕੌਰ ਦੋਵੇਂ ਇਕੱਲੇ ਦਿਨ ਕੱਟ ਲੈਂਦੇ ਕਦੇ-ਕਦੇ ਵੀਕੈਂਡ ਤੇ ਆਪਣੇ ਪੁੱਤ ਨਾਲ ਸਟੋਰਾਂ ਤੇ ਵੀ ਚਲੇ ਜਾਂਦੇ। ਜਦੋਂ ਦਿਨ ਨੂੰ ਘਰ ਇਕੱਲੇ ਹੁੰਦੇ ਤਾਂ ਬੰਤਾ ਸਿੰਘ ਘਰ ਦੇ ਬਾਹਰ ਫਿਰਨ ਤੁਨਣ ਚੱਲ ਜਾਂਦਾ। ਘਰ ਦੇ ਨੇੜੇ ਪਾਰਕ ਸੀ। ਜਿੱਥੇ ਕੁਝ ਹੋਰ ਪੰਜਾਬੀ ਆਣ ਖੜੋਂਦੇ। ਗੱਲਾਂ-ਬਾਤਾਂ ਵਿੱਚ ਹਰ ਕੋਈ ਆਪਣਾ ਦੁੱਖ ਰੋ ਰਿਹਾ ਹੁੰਦਾ। ਬੰਤਾ ਸਿੰਘ ਸੁਣਦਾ ਰਹਿੰਦਾ ਤੇ ਘਰ ਆ ਕੇ ਚੰਨਣਕੌਰ ਨੂੰ ਦੱਸਦਾ ਕਿ ਇਹ ਮੁਲਕ ਤਾਂ ਮਿੱਠੀ ਜ਼ਹਿਰ ਹੈ। ਜਿਹੜਾ ਖਾਂਦਾ ਹੈ ਉਹ ਵੀ ਪਛਤਾਉਂਦਾ ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ ਇੱਕ ਦਿਨ ਉਹਦੀ ਮੁਲਾਕਾਤ 우ਜਾਗਰ ਸਿੰਘ ਨਾਲ ਹੋ ਗਈ 우ਜਾਗਰ ਸਿੰਘ ਮਿਲਟਰੀ ਵਿੱਚੋਂ ਰਿਟਾਇਰਡ ਹੋ ਕੇ ਆਇਆ ਸੀ 17 ਵਰਿਆਂ ਦੀ ਉਮਰ ਹੋ ਗਈ ਸੀ ਕੰਮ ਤੇ ਵੀ ਨਹੀਂ ਲੱਗ ਸਕਦਾ ਸੀ ਉਹਨਾਂ ਨੂੰ ਨੂਹਾ ਪੁੱਤ ਨੇ ਮੰਗਵਾਇਆ ਸੀ ਉਸ ਦੇ ਘਰ ਵਾਲੀ ਘਰ ਦਾ ਸਾਰਾ ਕੰਮ ਕਰਦੀ ਪੁੱਤ ਗਰਦਿਆਲ ਤੇ ਨੂਹ ਹਰਵਿੰਦਰ ਦੇ ਕੰਮ ਤੋਂ ਪਰਤਦਿਆਂ ਰੋਟੀ ਟੁਕਵੀਂ ਬਣਾਉਂਦੀ ਉਹ ਆਪਣੇ ਤਿੰਨੇ ਬੱਚੇ ਦਿਨ ਨੂੰ ਉਹਨਾਂ ਕੋਲ ਛੱਡ ਜਾਂਦੇ। ਉਜਾਗਰ ਸਿੰਘ ਤੇ ਉਹਦੇ ਘਰ ਵਾਲੀ ਸਾਰਾ ਦਿਨ ਬੱਚਿਆਂ ਨੂੰ ਸੰਭਾਲਦੇ ਰਹਿੰਦੇ। ਉਹਨਾਂ ਦੇ ਡਾਈਪਰ ਬਦਲਦੇ ਰਹਿੰਦੇ। ਥੱਕ ਹਾਰ ਜਾਂਦੇ ਕਦੇ-ਕਦਾਈ ਲੋੜ ਵੇਲੇ ਪੁੱਤ ਤੋਂ ਪੈਸੇ ਮੰਗਦਿਆਂ ਜੀਵਾ ਉਹਨਾਂ ਨੂੰ ਸ਼ਰਮ ਆਉਂਦੀ। ਖੁਦ ਮੁਕਤਾਰੀ ਦੀ ਜ਼ਿੰਦਗੀ ਜਿਉਣ ਤੋਂ ਬਾਅਦ ਉਹਨਾਂ ਲਈ ਹੱਥ ਅੱਡਣਾ ਬਹੁਤ ਔਖਾ ਸੀ। ਉਹ ਕਈ ਵਾਰੀ ਪਿੱਛੇ ਮੁੜਨ ਦੀ ਵੀ ਸੋਚਦੇ ਪਰ ਪੈਸਾ ਕਿੱਥੋਂ ਲਿਆਉਂਦੇ? ਜੇਕਰ ਗੁਰਦਿਆਲ ਨੂੰ ਕਹਿੰਦੇ ਤਾਂ ਸਾਨੂੰ ਪਿੱਛੇ ਭੇਜ ਦੇ ਤਾਂ ਉਹ ਆਖ ਦਿੰਦਾ ਐਨੀ ਮਿਹਨਤ ਦੇ ਨਾਲ ਤਾਂ ਤੂੰ ਆਨੂੰ ਇੱਥੇ ਮੰਗਵਾਇਆ ਪਤਾ ਕਿੰਨੇ ਪੈਸੇ ਚਾਹੀਦੇ ਹਨ ਅੱਜਕੱਲ ਮੰਗਵਾਉਣ ਲਈ ਇੱਕ ਤੁਸੀਂ ਉਹ ਜਿਹੜੇ ਸਾਡੀ ਔਖ ਵੀ ਨਹੀਂ ਦੇਖ ਸਕਦੇ ਗੁਰਦਿਆਲ ਤੇ ਹਰਵਿੰਦਰ ਨੇ ਵੱਡਾ ਘਰ ਖਰੀਦ ਲਿਆ ਉਹਦੀਆਂ ਕਿਸ਼ਤਾਂ ਲਈ ਉਹ ਦਿਨ ਰਾਤ ਕੰਮ ਕਰਦੇ ਬੱਚੇ ਮਾਂ ਪਿਓ ਕੋਲ ਪਾਲਣ ਲਈ ਛੱਡ ਜਾਂਦੇ ਜਦੋਂ ਉਜਾਗਰ ਸਿੰਘ ਪਿੱਛੇ ਰਹਿ ਗਏ ਕਿਸੇ ਬੱਚੇ ਨੂੰ ਕੁਝ ਭੇਜਣ ਲਈ ਆਖਦਾ ਗੁਰਦਿਆਲ ਸਿੰਘ ਕੋਲ ਕੋਈ ਪੈਸਾ ਨਾ ਹੁੰਦਾ ਟਕੇ ਵਰਗਾ ਜਵਾਬ ਹਮੇਸ਼ਾ ਹਾਜ਼ਰ ਹੁੰਦਾ ਲੈ ਕਿਥੋਂ ਕੱਢੀਏ ਬਾਪੂ ਜੀ ਸਾਡੀਆਂ ਤਾਂ ਲੋੜਾਂ ਹੀ ਪੂਰੀਆਂ ਨਹੀਂ ਹੁੰਦੀਆਂ ਫੇਰ ਤੁਸੀਂ ਵੀ ਵਿੱਚ ਹੋ ਦੋਨੇ ਖਰਚੇ ਨੇ ਪੂਰੇ ਨਹੀਂ ਉਤਰਦੇ ਉਹ ਕਿਸੇ ਨੂੰ ਦਿਲ ਦੀ ਗੱਲ ਨਾ ਦੱਸ ਸਕਦੇ ਤੇ ਨਾ ਹੀ ਕੁਝ ਕਰ ਸਕਦੇ ਦੋਨੋਂ ਮੀਆਂ ਬੀਵੀ ਆਪਣੇ ਆਪ ਵਿੱਚ ਕੁੜਦੇ ਰਹਿੰਦੇ ਕੀਦੇ ਕੋਲ ਗੱਲ ਕਰਨ ਆਖਰ ਨੋਬਤ ਇੱਥੋਂ ਤੱਕ ਆ ਗਈ ਕਿ ਇੱਕ ਦਿਨ ਗੁਰਦਿਆਲ ਨੇ ਉਜਾਗਰ ਨੂੰ ਆਪ ਆਖ ਦਿੱਤਾ ਬਾਪੂ ਜੀ ਲੋਕੀ ਵੀ ਖੇਤਾਂ ਵਿੱਚ ਜਾ ਕੇ 에ਅਰਪੋਰਟ ਤੇ ਸਿਕਿਉਰਿਟੀ ਦਾ ਕੰਮ ਕਰਦੇ ਹਨ ਤੁਸੀਂ ਵੀ ਕਿਉਂ ਨਹੀਂ ਕਰ ਲੈਂਦੇ ਨਿਆਣੇ ਤਾਂ ਬੀਬੀ ਕੋਲ ਹੀ ਹੁੰਦੇ ਹਨ ਪੁੱਤ ਦੀ ਇਸ ਗੱਲ ਨਾਲ ਉਜਾਗਰ ਸਿੰਘ ਦਾ ਸਵੈਮਾਨ ਖੇਰੂ ਖੇਰੂ ਹੋ ਗਿਆ 70 ਵਰਿਆਂ ਦੀ ਉਮਰ ਵਿੱਚ ਖੇਤਾਂ ਵਿੱਚ ਕੰਮ ਮੇਰੇ ਪੁੱਤ ਦਾ ਜਿਗਰਾ ਕਿੱਦਾਂ ਪਿਆ ਕਹਿਣ ਦਾ ਉਸ ਨੂੰ ਸਮਝ ਨਹੀਂ ਸੀ ਆ ਰਹੀ ਕੀ ਹੋ ਗਿਆ ਸੀ ਇੱਥੇ ਦੇ ਬੱਚਿਆਂ ਨੂੰ ਲਹੂ ਸੁਦਾ ਪਾਣੀ ਬਣ ਗਿਆ ਸੀ ਕਿਸੇ ਨੇ ਸੁਣ ਲਈ ਜੇ ਇਹ ਗੱਲ ਤਾਂ ਲੋਕ ਕੀ ਕਹਿਣਗੇ ਮਿਲਟਰੀ ਦਾ ਅਫਸਰ ਜਿਸ ਨੂੰ ਆਪਣੇ ਪੁੱਤ ਦੇ ਘਰ ਰੋਟੀ ਨਹੀਂ ਖੇਤਾਂ ਵਿੱਚ ਕੰਮ ਵਿਆਣਾ ਵਿੱਚ ਪਿਆ ਉਹ ਇੱਕ ਦਿਨ ਦਿਲ ਦੀ ਗੱਲ ਹੋਰ ਮਿਲਦੇ ਬਜ਼ੁਰਗਾਂ ਵਿੱਚ ਘਰ ਬੈਠਿਆ ਉਹ ਸਾਰੇ ਕਿਲਕਾਰੀ ਮਾਰ ਕੇ ਹੱਸਣ ਲੱਗੇ ਲੈ ਹੁਣ ਆਇਆ ਨਾ ਲੈਨ ਤੇ ਤੂੰ ਵੀ ਕੀ ਭਾਪ ਉਜਾਗਰ ਨੇ ਹੈਰਾਨੀ ਨਾਲ ਪੁੱਛਿਆ ਭਾਪ ਭੂ ਦਾ ਤਾਂ ਪਤਾ ਨਹੀਂ ਇਹ ਜ਼ਰੂਰ ਪਤਾ ਹੈ ਕਿ ਹੌਲੀ-ਹੌਲੀ ਨੱਚ ਝੰਡੇ ਵਾਲੇ ਨੇੜੇ ਐ ਉਜਾਗਰ ਸਿਆਂ ਕੋਲ ਬੈਠੇ ਸੁਰਜਨ ਸਿੰਘ ਨੇ ਕਿਹਾ ਸੀ ਵੈਲਕਮ ਟੂ ਦੀ ਕਲੱਬ ਅਜੈਪ ਸਿੰਘ ਬੋਲਿਆ ਉਸ ਦਿਨ ਗੱਲਾਂ-ਗੱਲਾਂ ਵਿੱਚ ਉਸ ਨੂੰ ਪਤਾ ਲੱਗ ਗਿਆ ਕਿ ਕਿਵੇਂ ਬੇਸਮੈਂਟ ਜਾਂ ਫਲੈਟ ਕਿਰਾਏ ਤੇ ਲੈ ਕੇ ਰਹਿ ਰਹੇ ਸਨ ਗਵਰਨਮੈਂਟ ਵੱਲੋਂ ਪੱਤਾ ਮਿਲਣ ਨਾਲ ਉਹ ਆਪਣੀ ਜ਼ਿੰਦਗੀ ਚੰਗੀ ਜਿਉਂਦੇ ਸਨ ਕਈਆਂ ਦੇ ਨੂਹਾਂ ਪੁੱਤਾਂ ਨੇ ਪੈਨਸ਼ਨ ਆਪ ਲਵਾ ਕੇ ਦਿੱਤੀ ਸੀ ਘਰਾਂ ਦੀਆਂ ਕਿਸ਼ਤਾਂ ਦੇਣ ਲਈ ਨੂਹਾਂ ਪੁੱਤ ਚੈੱਕ ਆਪ ਫੜ ਲੈਂਦੇ ਤੇ ਮਾਪੇ ਬਰਹਿ ਜਾਂਦੇ ਬੱਚਿਆਂ ਦੀ ਦੇਖਭਾਲ ਕਰਨ ਵਾਸਤੇ ਉਜਾਗਰ ਸਿੰਘ ਨੇ ਬਾਹਰ ਅੰਦਰ ਲੋਕਾਂ ਵਿੱਚ ਬੈਠ ਕੇ ਕੈਨੇਡਾ ਦੇ ਕਾਨੂੰਨ ਬਾਰੇ ਇੱਕ ਪਤਾ ਕੀਤਾ ਫਿਰ ਇੱਕ ਦਿਨ ਉਹ ਆਪ ਸੋਸ਼ਲ ਸਿਕਿਉਰਿਟੀ ਵਾਲਿਆਂ ਦੇ ਦਰ ਤੇ ਜਾ ਖੜਾ ਹੋਇਆ ਡਿੱਗਦੇ ਢੈਂਦੀ ਆਤਮਾ ਨੇ ਸਾਹਮਣੇ ਖੜੀ ਗੋਰੀ ਕੁੜੀ ਕੋਲ ਫਰਿਆਦ ਕੀਤੀ ਪਾਣੀਓ ਪਾਣੀ ਹੋਇਆ ਉਜਾਗਰ ਸਿੰਘ ਸ਼ਰਮਿੰਦਗੀ ਦੇ ਅਹਿਸਾਸ ਛਿੜ ਨਿੱਗਰਦਾ ਜਾਂਦਾ ਸੀ ਪਰ ਉਸ ਕੁੜੀ ਨੇ ਪਿਆਰ ਨਾਲ ਉਸ ਕੋਲੋਂ ਫਾਰਮ ਪਰਵਾਏ ਤੇ ਦਸਕਤ ਕਰਵਾ ਕੇ ਆਖ ਦਿੱਤਾ ਅਰਜੀ ਪਾਸ ਹੋਣ ਨੂੰ ਕੋਈ 3-4 ਹਫ਼ਤੇ ਲੱਗ ਜਾਣਗੇ ਜੇਕਰ ਤੁਹਾਨੂੰ ਪੈਸਿਆਂ ਦੀ ਹੁਣ ਸਖਤ ਲੋੜ ਹੈ ਮੈਂ ਉਹ ਵੀ ਕੁਝ ਇੰਤਜ਼ਾਮ ਕਰਵਾ ਦੇਨੀ ਆ ਉਸ ਦਿਨ ਉਜਾਗਰ ਸਿੰਘ ਨੂੰ ਆਪਣੇ ਦੇਸ਼ ਤੇ ਇਸ ਦੇਸ਼ ਵਿੱਚ ਬਹੁਤ ਵੱਡਾ ਫਰਕ ਮਹਿਸੂਸ ਹੋਇਆ ਉਸ ਨੂੰ ਉਹ ਗੋਰੀ ਕੁੜੀ ਜਿਹਦੇ ਨੇਮ ਪਲੇਟ ਉਤੇ ਜੀਨ ਐਂਡ ਲਿਖਿਆ ਹੋਇਆ ਸੀ ਆਪਣੀ ਧੀ ਜਾਪੀ ਸੀ ਆਪਣੇ ਹੱਥੀ ਖਿੜਾਏ ਤੇ ਪਾਲੇ ਹੋਏ ਬੱਚੇ ਬੇਗਾਨੇ ਬਣ ਗਏ ਸਨ ਇਹ ਕੁੜੀ ਪਿਆਰ ਨਾਲ ਮਾਣ ਤੇ ਸਤਿਕਾਰ ਦੇ ਰਹੀ ਸੀ ਉਹ ਦਫ਼ਤਰ ਵਿੱਚ ਸਵੈ ਮਾਣ ਨਾਲ ਬਾਹਰ ਨਿਕਲਿਆ ਜਿਵੇਂ ਉਸ ਨੇ ਕੋਈ ਜੰਗ ਜਿੱਤ ਲਈ ਹੁੰਦੀ ਹੈ ਜਾਂ ਸੁਖਾਲਾ ਸਾਹ ਲੈਣ ਲਈ ਸਾਫ਼ ਹਵਾ ਉਸ ਨੂੰ ਮਿਲ ਗਈ ਹੁੰਦੀ ਹੈ ਕੁਝ ਹਫ਼ਤਿਆਂ ਨੂੰ ਪੈਸੇ ਦਾ ਚੈੱਕ ਘਰ ਆ ਗਿਆ ਜਦੋਂ ਬੱਚੇ ਉਸ ਚੈੱਕ ਵਿੱਚੋਂ ਪੈਸੇ ਮੰਗਣ ਲੱਗੇ ਤਾਂ ਉਹਨੇ ਜਵਾਬ ਦੇ ਦਿੱਤਾ ਉਸ ਨੇ ਗੁਰਦਿਆਲ ਨੂੰ ਕਿਹਾ ਜੋ ਮੇਰੇ ਹਿੱਸੇ ਰੋਟੀ ਪਾਣੀ ਦਾ ਖਰਚ ਬਿੱਲ ਬੱਤੀਆਂ ਦਾ ਖਰਚ ਬਣਦਾ ਹੈ ਉਹ ਲੈ ਲਵੋ ਬਾਕੀ ਇੱਕ ਪੈਸਾ ਵੀ ਨਹੀਂ ਦੇਵਾਂਗਾ ਚੰਗੇ ਮਾਪੇ ਹਨ ਜਿਹੜੇ ਇੱਥੇ ਆਉਂਦੇ ਹਨ ਉਹ ਲਾਲਚੀ ਬਣ ਜਾਂਦੇ ਹਨ ਪੈਸਾ ਹਟਾਇਆ ਨਹੀਂ ਧੀਆਂ ਪੁੱਤਾਂ ਨਾਲ ਵੈਰ ਪਾਇਆ ਨਹੀਂ ਪੁੱਤ ਨੇ ਜਿਵੇਂ ਮੇਣਾ ਮਾਰਿਆ ਧੀਆਂ ਪੁੱਤਾਂ ਤੋਂ ਹੀ ਮਾਪੇ ਸਿੱਖ ਰਹੇ ਆ ਇਹ ਕਿਹੜੀ ਮਾੜੀ ਗੱਲ ਹੈ ਕਿ ਜੇ ਅਸੀਂ ਵੀ ਆਪਣੀ ਜ਼ਿੰਦਗੀ ਵੱਲ ਧਿਆਨ ਦੇਈਏ ਸਾਡਾ ਵੀ ਜੀਣ ਦਾ ਓਨਾ ਹੱਕ ਹੈ ਜਿੰਨਾ ਤੁਹਾਡਾ ਉਜਾਗਰ ਸਿੰਘ ਨੇ ਉੱਤਰ ਦਿੱਤਾ ਇੰਡੀਆ ਵਿੱਚ ਮਾਪੇ ਧੀਆ ਪੁੱਤਾਂ ਲਈ ਜਿਉਂਦੇ ਸੀ ਅਤੇ ਇੱਥੇ ਆ ਕੇ ਉਹਨਾਂ ਨੂੰ ਨਵੇਂ ਪਾ ਲੱਗ ਜਾਂਦੇ ਹਨ ਫ੍ਰੀडम ਦੇ ਜੇ ਫ੍ਰੀ ਰਹਿਣਾ ਹੈ ਤਾਂ ਤੁਸੀਂ ਫ੍ਰੀ ਰਹੋ ਫਿਰ ਕੋਈ ਲੋੜ ਨਹੀਂ ਖਰਚੇ ਦੇਣ ਦੀ ਤੁਸੀਂ ਵੀ ਸੌਖੇ ਅਸੀਂ ਵੀ ਸੌਖੇ ਗੁਰਦੇਵਾਲ ਸਿੰਘ ਔਖਾ ਹੋ ਗੀ ਕਹਿਣ ਲੱਗਿਆ ਇਤੋਂ ਵਿਗੜਦੀ ਵਿਗੜਦੀ ਗੱਲ ਵਿਗੜ ਗਈ ਉਜਾਗਰ ਸਿੰਘ ਨੂੰ ਕਿਸੇ ਹੋਰ ਬੈਸਮੈਂਟ ਵਿੱਚ ਰਹਿਣਾ ਪਿਆ ਉਹ ਕਹਿੇ ਤਿਆਂ ਪੁੱਤ ਦੇ ਜਿਨ੍ਹਾਂ ਨੇ ਮਨਾਂ ਵਿੱਚ ਮਾਪੇ ਲਈ ਕੋਈ ਮੋਹ ਪਿਆਰ ਸਤਿਕਾਰ ਹੀ ਨਾ ਰਿਹਾ ਉਹ ਬੈਸਮੈਂਟ ਵਿੱਚ ਪਿਆ ਸਾਰੀ ਰਾਤ ਸੋਚਦਾ ਰਿਹਾ ਉਸ ਦਿਨ ਤੋਂ ਬਾਅਦ ਉਹ ਹੋਰ ਦੁਬੀ ਦਾ ਵਿੱਚ ਫਸੇ ਬੰਦਿਆਂ ਨੂੰ ਇਹ ਰਾਹ ਦਿਖਾ ਲ ਰਿਹਾ ਸੀ ਸੁਖੀ ਜੀਵਨ ਜਿਉਣ ਦਾ ਹੱਕ ਹਰ ਇਨਸਾਨ ਦਾ ਹੈ ਉਹ ਸਭ ਨੂੰ ਦੱਸ ਰਿਹਾ ਸੀ ਇਸ ਨਾਲ ਉਸ ਦਾ ਵਕਤ ਵੀ ਨਿਕਲ ਜਾਂਦਾ ਉਹ ਕਿਸੇ ਦੀ ਮਦਦ ਵੀ ਕਰ ਦਿੰਦਾ ਜਦੋਂ ਬੰਤਾ ਸਿੰਘ ਨੇ ਚੰਨਣਕੌਰ ਦੇ ਘਰ ਦੇ ਹਾਲਤ ਤੋਂ ਐਨੇ ਤਰਸਯੋਗ ਹੋ ਗਏ ਉਹਨਾਂ ਕੋਲ ਹੋਰ ਕੋਈ ਰਾਹ ਨਹੀਂ ਸੀ ਹਰ ਰੋਜ਼ ਮਨਜੀਤ ਨੂੰ ਆਪਣੀ ਬੀਥਿਆ ਦੱਸ-ਦੱਸ ਕੇ ਦੁਖੀ ਨਹੀਂ ਸੀ ਕਰਨਾ ਚਾਹੁੰਦੇ ਉਹ ਇਹ ਵੀ ਸੋਚਦੇ ਸੀ ਕਿ ਜੇ ਘਰ ਵਿੱਚ ਕੋਈ ਨਿਆਣਾ ਨਿੱਕਾ ਹੁੰਦਾ ਤਾਂ ਉਸ ਨਾਲ ਜੀ ਪਰਚਾਇਆ ਰਹਿੰਦਾ ਉਹਨਾਂ ਨੂੰ ਤਾਂ ਖੁਦ ਹੋਰਾਂ ਲੋਕਾਂ ਦੀ ਸਮਝ ਨਹੀਂ ਸੀ ਆਉਂਦੀ ਕਿਉਂ ਕਿਉਂ ਆਪਣੇ ਪੋਤੇ ਦੋਤੀ ਸਾਂਭਦੇ ਹੋਏ ਔਖੇ ਮਹਿਸੂਸ ਕਰਦੇ ਹਨ ਜੇਕਰ ਉਹਨਾਂ ਨੂੰ ਆਪਣੇ ਪੋਤੇ ਦੋਤੀਆਂ ਸਾਹਮਣੇ ਪੈਂਦੇ ਤਾਂ ਉਹਨਾਂ ਦੋਹਾਂ ਜੀਆਂ ਲਈ ਤਾਂ ਸੁਰਗ ਹੀ ਸੀ ਇਹ ਸ਼ਮਿੰਦਰ ਦੀ ਆਦਤ ਦਾ ਉਹ ਭੇਦ ਨਾ ਪਾ ਸਕੇ ਉਹ ਕਦੀ ਤਾਂ ਤੋਲਾ ਹੁੰਦੀ ਕਦੇ ਮਾਸਾ ਕਦੀ ਉਹ ਘਰ ਦਾ ਸਾਰਾ ਕੰਮ ਕਰਦੀ ਵਾਰ-ਵਾਰ ਚਾਹ ਬਣਾ ਕੇ ਦਿੰਦੀ ਤੇ ਕਦੀ ਹਫਤਾ-ਹਫਤਾ ਬੋਲਦੀ ਵੀ ਨਾ ਉਹ ਦੋਨੋਂ ਜੀ ਹਰ ਰੋਜ਼ ਵੱਖਰੇ ਤਜਰਬੇ ਵਿੱਚ ਹੀ ਲੰਘਦੇ ਪੂਰੀ ਸਾਰੀ ਜ਼ਿੰਦਗੀ ਵਿੱਚੋਂ ਇਸ ਤਰ੍ਹਾਂ ਦੀ ਪਰੇਸ਼ਾਨੀ ਤੇ ਉਲਝਣ ਵਿੱਚ ਨਹੀਂ ਸਨ ਪਏ ਜਿਵੇਂ ਇਸ ਸਮੇਂ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਉਹਨਾਂ ਦੀਆਂ ਸਾਰੀਆਂ ਆਸਾਂ ਸਾਰੀਆਂ ਮੰਗਾਂ ਜਿਵੇਂ ਕਾਲੇ ਸਿਆਹ ਬੱਦਲਾਂ ਵਿੱਚ ਲੁਕ ਗਈਆਂ ਸਨ ਉਹ ਤਾਂ ਆਪਣੇ ਨੂੰ ਪੁੱਤ ਦੀ ਹਰ ਗੱਲ ਮੰਨਣ ਨੂੰ ਤਿਆਰ ਸਨ ਪਰ ਸ਼ਮਿੰਦਰ ਉਹਨਾਂ ਦੇ ਪੱਲੇ ਕੁਝ ਵੀ ਨਾ ਪਾਵੇ ਕਦੀ ਉਹਨਾਂ ਦੇ ਨਾਲ ਬੈਠ ਕੇ ਕੋਈ ਗੱਲ ਤਾਂ ਕਰੇ ਉਹਨਾਂ ਨੂੰ ਜਾਪਦਾ ਜਿਵੇਂ ਉਹਨਾਂ ਦੀ ਸਾਰੀ ਅਕਲ ਸੌ ਘੜੇ ਪਾਣੀਆਂ ਦੇ ਹੇਠਾਂ ਆ ਗਈ ਹੋਵੇ ਜਦੋਂ ਕਦੀ ਉਹਨਾਂ ਦੀ ਧੀ ਦਾ ਫੋਨ ਆਉਂਦਾ ਤਾਂ ਚੰਨਣਕੌਰ ਦਾ ਦਿਲ ਕਰਦਾ ਉਹ ਭੁੱਬ ਮਾਰ ਕੇ ਦਿਲ ਦੀ ਪੜਾਹਸ ਕੱਢੇ ਪਰ ਉਹ ਆਪਣੇ ਹੀ ਇੱਕ ਦੇ ਸ਼ੋਰ ਨੂੰ ਅੰਦਰ ਦੱਬ ਲੈਂਦੀ ਇਕੱਲੇ ਬੈਠੇ ਦੋਨੋਂ ਤੀਵੀ ਆਦਮੀ ਵਿਚਾਰਾਂ ਕਰਦੇ ਰਹਿੰਦੇ ਜੇਕਰ ਉਹ ਪੁੱਤ ਦੇ ਘਰ ਰਹਿੰਦੇ ਹਨ ਤਾਂ ਚਾਰੇ ਜੀ ਸਰਾਪੀਆਂ ਜੀਆਂ ਰੂਹਾਂ ਵਾਂਗ ਤੁਰੇ ਫਿਰਦੇ ਹੱਲ ਕੋਈ ਹੋਵੇ ਤਾਂ ਕੀ ਹੋਵੇ ਕਿਵੇਂ ਹੋਵੇ ਇੱਕੋ ਇੱਕ ਪੁੱਤ ਖੁਸ਼ ਰਹੇ ਸੋਚਦੇ ਰਹਿੰਦੇ ਅਖੀਰ ਉਹਨਾਂ ਦੋਹਾਂ ਨੇ ਕਿਸੇ ਹੋਰ ਦੇ ਬੈਸਮੈਂਟ ਵਿੱਚ ਰਹਿਣ ਦਾ ਫੈਸਲਾ ਕਰ ਲਿਆ ਉਹ ਨਹੀਂ ਸੀ ਚਾਹੁੰਦੇ ਕਿ ਉਹਨਾਂ ਦੇ ਪੁੱਤ ਦਾ ਘਰ ਉਜੜੇ ਜਦੋਂ ਸ਼ਮਿੰਦਰ ਦੀਆਂ ਆਦਤਾਂ ਦੇ ਭੇਦ ਖੁੱਲੇ ਸਨ ਤਾਂ ਉਹਨਾਂ ਦੀ ਆਤਮਾ ਚੂਰ-ਚੂਰ ਹੋ ਗਈ ਸੀ ਕਿਵੇਂ ਕੱਟੂ ਸਾਡਾ ਪੁੱਤ ساری ਜ਼ਿੰਦਗੀ ਇਹ ਵੀ ਕੋਈ ਸਾਂਝ ਹੁੰਦੀ ਹੈ ਜਿੱਥੇ ਆਪੋ ਤਾਂ ਆਪ ਦਾ ਰਿਸ਼ਤਾ ਹੋਵੇ ਉਹਨਾਂ ਨੇ ਬੱਚਿਆਂ ਨੂੰ ਪਾਲਿਆ ਸੀ ਤੇ ਦੋਹਾਂ ਜੀਆਂ ਦੇ ਹੱਕ ਬਰਾਬਰ ਹੁੰਦੇ ਹਨ ਪਰ ਉਹਨਾਂ ਨੇ ਇਹ ਗੱਲ ਨਹੀਂ ਸੀ ਸਮਝੀ ਪੱਛਮੀ ਦੇਸ਼ਾਂ ਵਿੱਚ ਆ ਕੇ ਬੰਦੇ ਬਦਲ ਚੁੱਕੇ ਹਨ ਇਨਾ ਮੁਲਕਾਂ ਵਿੱਚ ਰਿਸ਼ਤੇ ਦੀ ਕੋਈ ਕਦਰ ਨਹੀਂ ਇੱਥੇ ਕਦਰ ਹੈ ਤਾਂ ਇਹ ਕਿਸ ਨੇ ਤੇ ਕਿਸ ਨੂੰ ਮੰਗਾਇਆ ਸ਼ਮਿੰਦਰ ਦੀ ਮੰਮੀ ਇਹੋ ਕਹਿੰਦੀ ਸੀ ਸਾਡੀ ਧੀ ਨੇ ਤੁਹਾਨੂੰ ਸੁਰਗਾ ਵਿੱਚ ਵਾੜਿਆ ਤੁਸੀਂ ਤਾਂ ਇਸ ਦੇ ਪੈਰ ਧੋ ਤੋ ਕੇ ਪਿਓ ਇੱਕ ਵਾਰੀ ਚੰਨਣ ਕੌਰ ਨੇ ਸ਼ਮਿੰਦਰ ਦੀ ਮੰਮੀ ਨੂੰ ਕਿਹਾ ਵੀ ਭੈਣ ਜੀ ਪਰ ਜੇ ਮਨਜੀਤ ਸ਼ਮਿੰਦਰ ਨੂੰ ਮੰਗਵਾਉਂਦਾ ਤਾਂ ਇਹੋ ਗੱਲ ਅਸੀਂ ਤੁਹਾਨੂੰ ਕਹਿੰਦੇ ਤੁਹਾਡੇ ਮਨ ਤੇ ਕੀ ਬੀਤਦੀ ਪਰ ਸ਼ਮਿੰਦਰ ਦੀ ਮੰਮੀ ਅਨਪੜ ਔਰਤ ਸੀ ਉਸ ਨੇ ਆਪਣੀ ਬੋਲੀ ਵਿੱਚ ਚੰਨਣਕੌਰ ਨੂੰ ਐਸਾ ਬੁਰਾ ਆਖਿਆ ਕਿ ਉਹ ਪੈਰੋਂ ਉਖੜ ਗਈ। ਉਹ ਨੂੰ ਆਪਣੇ ਪੁੱਤ ਦੇ ਘਰ ਵਿੱਚ ਹੀ ਆਪਣੀ ਜਿਉਂ ਦੀ ਲੋਥ ਭਾਰੂ ਜਾਪਣ ਲੱਗ ਪਈ ਸੀ। ਉਸ ਨੇ ਉਸ ਦਿਨ ਬੰਤਾ ਸਿੰਘ ਨੂੰ ਅੱਖਾਂ ਦੇ ਹੰਝੂ ਲੁਕਾਉਂਦੇ ਹੋਏ ਕਿਹਾ ਸੀ ਮੱਖਿਆ ਜੀ ਆਪਾਂ ਭਲੀ ਕਰੀਏ ਤਾਂ ਪਿੱਛੇ ਨਾ ਮੁੜ ਚਲੀਏ। ਕੀ ਕਰਾਂਗੇ ਪਿੱਛੇ ਜਾ ਕੇ ਕੌਣ ਹੈ ਉੱਥੇ ਸਾਡਾ ਬੰਤਾ ਸਿੰਘ ਨੇ ਫਿਕਰਾਂ ਵਿੱਚ ਲੱਥੇ ਨੇ ਆਖਿਆ। ਫਿਰ ਵੀ ਤੀ ਹੈ ਉਥੇ ਕਦੀ ਉਹ ਹਾਲਚਲ ਪੁੱਛੂ ਚੰਨਣਕੌਰ ਆਪਣੇ ਦੋਵੇਂ ਹੱਥ ਮਲਦੀ ਹੋਈ ਆਖ ਰਹੀ ਸੀ ਕਮਲੀ ਨਾ ਬਣ ਤੀ ਆਪਣੇ ਘਰ ਐ ਇਹ ਫਿਰ ਵੀ ਪੁੱਤ ਐ ਐਦਾਂ ਹੀ ਠੀਕ ਐ ਉਹਦਾਂ ਵੀ ਜੇ ਮੁੜ ਕੇ ਵਾਪਸ ਭਾਰਤੇ ਤਾਂ ਲੋਕਾਂ ਦੀ ਹਾਸੋਹੀਣੀ ਵਾਧੂ ਦੀ ਬੰਤਾ ਸਿੰਘ ਆਖ ਰਿਹਾ ਸੀ ਐਦਾਂ ਤਾਂ ਪੁੱਤ ਦੀ ਆਤਮਾ ਵੀ ਦੁਖੀ ਤੇ ਅਸੀਂ ਵੀ ਦੁਖੀ ਚੰਨਣਕੌਰ ਆਖ ਰਹੀ ਸੀ ਕੋਈ ਨਹੀਂ ਸੋਚਦਾ ਕੁਝ ਰੱਬ ਭਲੀ ਕਰੂ ਜਿਸਨੇ ਸਾਜ ਉਹ ਦੋ ਰੋਟੀਆਂ ਦੇ ਹੀ ਦੇਊਗਾ ਬੰਤਾ ਸਿੰਘ ਹੱਥਾਂ ਭਾਰ ਸੋਫੇ ਤੇ ਉੱਠਦਾ ਆਖ ਰਿਹਾ ਸੀ ਉਸ ਨੂੰ ਏਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਦਿਨਾਂ ਵਿੱਚੋ ਬੁੱਢਾ ਹੋ ਗਿਆ ਹੋਵੇ ਇਸ ਮੁਲਕ ਦੀ ਮਿੱਟੀ ਕਿਸ ਤਰ੍ਹਾਂ ਦੀ ਸੀ ਜਿਸਨੇ ਉਹਦੇ ਜਿਸਮ ਦਾ ਭਾਰ ਆਪਰ ਦਿੱਤਾ ਸੀ ਉੱਠ ਕੇ ਤੁਰਦਾ ਤਾਂ ਲੱਤਾਂ ਕੰਬ ਜਾਂਦੀਆਂ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਸੀ ਉਸ ਦਿਨ ਉਹ ਜਦੋਂ ਸੁਰਜਨ ਸਿੰਘ ਨੂੰ ਮਿਲਿਆ ਤਾਂ ਅੱਖਾਂ ਦਾ ਪਾਣੀ ਰੋਕ ਨਾ ਸਕਿਆ ਸੁਰਜਨ ਸਿੰਘ ਉਸ ਨੂੰ ਲੈ ਕੇ ਉਜਾਗਰ ਸਿੰਘ ਕੋਲ ਚਲੇ ਗਿਆ ਦੂਜੀ ਸਵੇਰ ਉਹ ਦੋਵੇਂ ਮੀਆਂ ਬੀਵੀ ਉਜਾਗਰ ਸਿੰਘ ਦੇ ਨਾਲ ਸੋਸ਼ਲ ਸਿਕਿਉਰਿਟੀ ਦੇ ਦਫ਼ਤਰ ਬੈਠੇ ਸਨ ਉਹਨਾਂ ਨੂੰ ਇਉਂ ਜਾਪ ਰਿਹਾ ਸੀ ਕਿ ਜਿਵੇਂ ਰਿਸੈਪਸ਼ਨ ਤੇ ਬੈਠੀ ਕੁੜੀ ਉਹਨਾਂ ਦੇ ਅੰਦਰਲੇ ਮਨ ਪੜ ਰਹੀ ਹੋਵੇ ਪਰ ਜਿਸ ਤਹਿਜ਼ੀਬ ਨਾਲ ਉਹ ਕੁੜੀ ਪੇਸ਼ ਆ ਰਹੀ ਸੀ ਉਸ ਨਾਲ ਉਹਨਾਂ ਦਾ ਮਨ ਸ਼ਰਮਿੰਦਾ ਹੋਣੋਂ ਬਚ ਗਿਆ ਉਹ ਫਾਰਮ ਭਰ ਭਰਾ ਕੇ ਦੋ ਤਿੰਨ ਘੰਟਿਆਂ ਵਿੱਚ ਘਰ ਵਾਪਸ ਆਏ ਬੰਤਾ ਸਿੰਘ ਤੇ ਚੰਨਣਕੌਰ ਨੇ ਮਨਜੀਤ ਨੂੰ ਸਾਰੀ ਕਹਾਣੀ ਆਖ ਸੁਣਾਈ। ਮਨਜੀਤ ਆਪਣੀਆਂ ਅੱਖਾਂ 'ਚ ਹੰਝੂ ਲੁਕਾਉਂਦਾ ਹੋਇਆ ਸਿਰ ਸੁੱਟ ਕੇ ਬੈਠਾ ਸੁਣਦਾ ਰਿਹਾ। ਉਸ ਵੇਲੇ ਚੰਨਣਕੌਰ ਦੀ ਆਤਮਾ ਵਿਲਕੀ ਇਹ ਕਿਸ ਤਰ੍ਹਾਂ ਦੇ ਦੇਸ਼ ਹਨ ਜਿੱਥੇ ਬੰਦੇ ਆਪਣੇ ਆਪ ਲਈ ਖੁਦਗਰਜ਼ ਹੋ ਜਾਂਦੇ ਹਨ। ਇਹੋ ਪੁੱਤ ਪਿੰਡ ਵਿੱਚ ਹੁੰਦਾ ਤਾਂ ਹਿੱਕ ਠੋਕ ਕੇ ਆਖ ਸਕਦਾ ਸੀ ਕਿ ਮੇਰੇ ਮਾਵਾਪ ਹਨ। ਇਹਨਾਂ ਨੂੰ ਘਰੋਂ ਕਿਦਾਂ ਤੋੜਦਿਆਂ? ਹੁਣ ਇਸ ਦੇਸ਼ ਵਿੱਚ ਹਰ ਕੋਈ ਇੰਨਾ ਆਜ਼ਾਦ ਹੈ ਇਹ ਕਿਹ ਹੀ ਆਜ਼ਾਦੀ ਹੈ ਇਹੋ ਜਿਹਾ ਸੰਤਾਪ ਹੈ ਭਲਾ ਮੰਦੀਆਂ ਤੰਦਾਂ ਨੂੰ ਕੌਣ ਕੱਟੇ ਤੇ ਕਿਵੇਂ ਕੱਟੇ ਜਿਸ ਦਿਨ ਉਹ ਦੋਨੋਂ ਆਪਣੇ ਪੁੱਤ ਦੇ ਘਰੋਂ ਤੁਰੇ ਸਨ ਉਸ ਦਿਨ ਸ਼ਮੀਂਦਰ ਵੀ ਉਹਨਾਂ ਦੇ ਨਾਲ ਸਮਾਨ ਬਣਾਉਣ ਲੱਗ ਪਈ ਚੰਨਣਕੌਰ ਹੈਰਾਨ ਸੀ ਕਿ ਅੱਜ ਇਸ ਨੂੰ ਕੀ ਹੋ ਗਿਆ ਇਹ ਤਬਦੀਲੀ ਇਸ ਵਿੱਚ ਕਿਵੇਂ ਆ ਗਈ ਸ਼ਮੀਂਦਰ ਉਹਨਾਂ ਦਾ ਸਮਾਨ ਬੰਨ੍ਹਦੀ ਹੋਈ ਆਪਣੇ ਘਰ ਦੀ ਸਾਫ਼ ਸਫਾਈ ਵੀ ਕਰ ਰਹੀ ਸੀ ਜੀਵੇਂ ਕਿਸੇ ਕੂੜੇ ਨੂੰ ਬਾਹਰ ਸੁੱਟ ਦੇਣ ਲਈ ਬੈਗਾਂ ਜਾਂ ਬਕਸਿਆਂ ਵਿੱਚ ਪਾ ਕੇ ਬਾਹਰਲੇ ਦਰਵਾਜ਼ੇ ਕੋਲ ਰੱਖ ਦਈਦਾ ਹੈ। ਐਸੀ ਤਰ੍ਹਾਂ ਉਹਨਾਂ ਦਾ ਥੋੜਾ ਜਿਹਾ ਸਮਾਨ ਵੀ ਬਾਹਰਲੇ ਦਰਾਂ ਦੇ ਕੋਲ ਤਰਸ ਦਾ ਪਾਤਰ ਬਣਿਆ ਪਿਆ ਸੀ। ਮਨਜੀਤ ਉਸ ਦਿਨ ਘਰ ਨਹੀਂ ਸੀ ਆਇਆ। ਉਹ ਕਿਸ ਤਰ੍ਹਾਂ ਉਸ ਲੰਮੇ ਦਾ ਸਾਹਮਣਾ ਕਰਦਾ? ਕਿਵੇਂ ਉਸ ਮਾਂ ਨੂੰ ਦੂਰੋਂ ਹੱਥੀ ਤੋੜਦਾ? ਕਿਵੇਂ ਆਪਣੇ ਬਾਪ ਦੀਆਂ ਭਰੀਆਂ ਅੱਖਾਂ 'ਚ ਝਾਕਦਾ? ਕਈ ਘੰਟੇ ਮਨਜੀਤ ਨੂੰ ਉਡੀਕਦੇ ਰਹੇ। ਵਿੰਡੋ ਵਿੱਚ ਲੰਗਦੀਆਂ ਕਾਰਾਂ ਨੂੰ ਤੱਕਦੇ ਰਹੇ। ਅਖੀਰ ਜਦੋਂ ਮਨਜੀਤ ਘਰ ਹੀ ਨਾ ਆਇਆ ਤਾਂ ਉਹ ਦੋਨੋਂ ਆਪਣੇ ਬੈਗ ਚੁੱਕ ਕੇ ਉਸੇ ਸਟਰੀਟ ਦੇ ਕਿਰਾਏ ਤੇ ਲਏ ਬੇਸਮੈਂਟ ਨੂੰ ਤੁਰ ਪਏ। ਬੰਤਾ ਸਿੰਘ ਮੋਰੇ ਮੋਰੇ ਤੇ ਚੰਨਣਕੌਰ ਪਿੱਛੇ-ਪਿੱਛੇ। ਚੰਨਣਕੌਰ ਦੀਆਂ ਅੱਖਾਂ ਵਿੱਚੋਂ ਪਾਣੀ ਬੇਮੁਹਾਰੇ ਵਹਿ ਰਿਹਾ ਸੀ। ਉਹ ਦੋਨੋਂ ਆਪਣੇ ਆਪਣੇ ਮਨ ਦੀ ਹਾਲਤ ਇੱਕ ਦੂਜੇ ਤੋਂ ਲੁਕਾ ਰਹੇ ਸਨ। ਇਓ ਮਹਿਸੂਸ ਕਰ ਰਹੇ ਸਨ ਜਿਵੇਂ ਉਸ ਦਿਨ ਲੋਕ ਉਹਨਾਂ ਨੂੰ ਆਪਣੀਆਂ ਹੀ ਲੋਥਾਂ ਚੁੱਕੀ ਦੇਖ ਰਹੇ ਹੋਣ। ਪਰ ਦੁਨੀਆ ਤਾਂ ਆਪਣੇ ਆਪਣੇ ਰਾਹਾਂ ਤੇ ਜਾ ਰਹੀ ਸੀ ਕਿਸ ਕੋਲ ਐਨਾ ਸਮਾਂ ਸੀ ਜਿਹੜਾ ਕੋਈ ਉਹਨਾਂ ਵੱਲ ਦੇਖਦਾ ਬੇਸਮੈਂਟ ਵਿੱਚ ਪਹੁੰਚ ਕੇ ਉਸ ਰਾਤ ਉਹਨਾਂ ਦੋਹਾਂ ਨੇ ਕੁਝ ਖਾਦਾ ਹੀ ਨਾ ਭੁੱਖੇ ਨਿਭਾਣੇ ਰਾਤ ਦੇ ਪਲਾਂ ਨੂੰ ਚੁੱਕ ਮਾਰਦੇ ਰਹੇ ਫਿਰ ਹੋਰ ਲੋਕ ਵੱਲ ਦੇਖ-ਦੇਖ ਉਹ ਵੀ ਇਸ ਦੇਸ਼ ਵਿੱਚ ਰਹਿਣ ਦੇ ਆਦੀ ਹੋ ਗਏ ਪਿਛਲੇ ਸੰਸਕਾਰ ਉਹਨਾਂ ਦੇ ਅੰਦਰ ਹੀ ਮਰਨ ਲੱਗ ਪਏ ਇਤੋਂ ਹੀ ਬੰਤਾ ਸਿੰਘ ਵੀ ਉਜਾਗਰ ਸਿੰਘ ਵਾਂਗ ਲੋੜਵੰਦ ਇਨਸਾਨਾਂ ਦੀ ਮਦਦ ਕਰਨ ਲੱਗ ਪਿਆ। ਜੀਵਨ ਜਾਚ ਸਿੱਖਣਾ ਉਹਨੂੰ ਨਵਾਂ ਚੱਲ ਉੱਠ ਖੜਿਆ ਹੋਇਆ ਸੀ। ਮਨਜੀਤ ਉਹਨਾਂ ਨੂੰ ਦੂਜੇ ਤੀਜੇ ਦਿਨ ਆ ਕੇ ਮਿਲ ਜਾਂਦਾ। ਵੀਕਐਂਡ ਹੁੰਦਾ ਤਾਂ ਸ਼ਾਪਿੰਗ ਕਰਾ ਲਿਆ ਹੁੰਦਾ। ਉਹ ਵੀ ਕਦੇ-ਕਦੇ ਮਨਜੀਤ ਦੇ ਘਰ ਚਲੇ ਜਾਂਦੇ। ਸ਼ਮਿੰਦਰ ਵੀ ਵੀਕਐਂਡ ਤੇ ਮਿਲਣ ਆ ਜਾਂਦੀ। ਇਸ ਨਾਲ ਉਹਨਾਂ ਦੇ ਮਨ ਦੀ ਖੁਸ਼ੀ ਵੀ ਬਣੀ ਰਹਿੰਦੀ। ਪੁੱਤ ਦੇ ਵੱਡੇ ਘਰ ਨਾਲੋਂ ਇਹ ਬੇਸਮੈਂਟ ਵਿੱਚ ਆਪਣੀ ਹਵਾ ਵਿੱਚ ਸੌਖਾ ਸਾਹ ਲੈਂਦੇ ਜੀ ਕਰਦਾ ਗੁਰਦੁਆਰੇ ਚਲੇ ਜਾਂਦੇ ਜੀ ਕਰਦਾ ਸੀਨੀਅਰ ਸਿਟੀਜ਼ਨ ਵਾਲਿਆਂ ਦੀ ਮੀਟਿੰਗ ਵਿੱਚ ਚਲੇ ਜਾਂਦੇ ਕਿਸੇ ਨੂੰ ਮਿਲਦੇ ਗਿਲ ਦੇ ਖੁਸ਼ ਰਹਿੰਦੇ ਕਿਸੇ ਹੋਰ ਨਵੇਂ ਆਏ ਬੰਦੇ ਦੀ ਮਦਦ ਕਰ ਦਿੰਦੇ ਜਿਵੇਂ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਰਾਹ ਲੱਭ ਗਿਆ ਹੋਵੇ ਜਿਸ ਦਿਨ ਬੰਤਾ ਸਿੰਘ ਮੰਗਲ ਸਿੰਘ ਨੂੰ ਲੈ ਕੇ ਵੈਲਫੇਅਰ ਦਫ਼ਤਰ ਵਿੱਚ ਗਿਆ ਤਾਂ ਵਾਪਸ ਪਰਤਿਆ ਹੋਇਆ ਬੰਤਾ ਸਿੰਘ ਦਾ ਬਟੂਆ ਕਿਧਰੇ ਡਿੱਗ ਪਿਆ ਸੀ ਜਾਂ ਕਿਸੇ ਨੇ ਜੇਬ ਵਿੱਚੋਂ ਕੱਢ ਲਿਆ ਸੀ ਉਹਨਾਂ ਦੋਹਾਂ ਨੇ ਬਥੇਰਾ ਆਲੇ ਦੁਆਲੇ ਦੇਖਿਆ ਪਰ ਉਹਨਾਂ ਨੂੰ ਲੱਭਾ ਹੀ ਨਾ ਮੰਗਲ ਸਿੰਘ ਦੀ ਜੇਬ ਵਿੱਚ ਤਾਂ ਉਹੀ ਤੇ ਲਾਹੀ ਨਹੀਂ ਸੀ ਬੱਸ ਸਟਾਪ ਤੇ ਖੜੇ ਉਹ ਚਿੰਤਾ ਵਿੱਚ ਪਏ ਹੋਏ ਇੱਕ ਦੂਜੇ ਵੱਲ ਦੱਸ ਪੁੱਛ ਰਹੇ ਸਨ ਹੁਣ ਕੀ ਬਣੂ ਸਾਰੀਆਂ ਜੇਬਾਂ ਫਰੋਲਦਿਆਂ ਹੋਇਆਂ ਬੰਤਾ ਸਿੰਘ ਵਾਰ-ਵਾਰ ਮੰਗਲ ਸਿੰਘ ਨੂੰ ਧੀਰਜ ਦਵਾ ਰਿਹਾ ਸੀ ਕੋਈ ਘੰਟਾ ਪਰ ਉਹ ਦੋਨੋਂ ਉਸ ਬੱਸ ਸਟਾਪ ਤੇ ਖੜੇ ਕਿਸੇ ਦੇ ਜਾਣੇ ਪਹਿਚਾਣੇ ਬੰਦੇ ਨੂੰ ਉਡੀਕਦੇ ਰਹੇ ਉਹ ਇਹ ਸੋਚ ਰਹੇ ਸਨ ਕਿ ਕੋਈ ਆਪਣਾ ਹੀ ਬੰਦਾ ਉਧਰ ਆ ਨਿਕਲੇ ਜਿਸ ਨੂੰ ਆਪਣੀ ਪਰੇਸ਼ਾਨੀ ਦੱਸ ਸਕਣ ਬੱਸਾਂ ਆਉਂਦੀਆਂ ਤੇ ਲੰਘ ਜਾਂਦੀਆਂ ਰਹੀਆਂ ਇੱਕ ਬੱਸ ਵਿੱਚ ਉਹ ਚੜ੍ਹ ਵੀ ਗਏ ਜਦੋਂ ਟਿਕਟ ਦੇ ਪੈਸੇ ਨਾ ਹੋਣ ਕਾਰਨ ਨਾ ਹੀ ਉਹਨਾਂ ਕੋਲ ਟਰਾਂਸਫਰ ਜਾਂ ਬੱਸ ਪਾਸ ਹੋਣ ਕਾਰਨ ਬੱਸ ਵਾਲੇ ਨੇ ਉਤਾਰ ਦਿੱਤਾ ਬੋਲੀ ਵੀ ਨਹੀਂ ਸੀ ਆਉਂਦੀ ਜਿਹੜੀ ਉਹ ਆਪਣੀ ਵਿਪਤਾ ਬੱਸ ਡਰਾਈਵਰ ਨੂੰ ਸਮਝਾ ਸਕਦੇ ਬੰਤਾ ਸਿੰਘ ਦਾ ਬੱਸ ਪਾਸ ਵੀ ਬਟੂਏ ਵਿੱਚ ਹੀ ਚਲਾ ਗਿਆ ਠੰਡ ਨਾਲ ਉਹਨਾਂ ਦੇ ਦੰਦ ਵੱਜ ਰਹੇ ਸਨ। ਉਹਨਾਂ ਨੂੰ ਇੱਕ ਪੰਜਾਬੀ ਬੰਦਾ ਆਪਣਾ ਝੋਲਾ ਚੁੱਕੀ ਬੱਸ ਸਟਾਪ ਵੱਲ ਆਉਂਦਾ ਨਜ਼ਰ ਆਇਆ। ਪਿੱਛੇ ਬੱਸ ਵੀ ਆਪਣੀ ਪੂਰੀ ਰਫ਼ਤਾਰ ਨਾਲ ਆ ਰਹੀ ਸੀ। ਬੰਤਾ ਸਿੰਘ ਨੇ ਝਿਜਕਦੇ ਹੋਏ ਉਸ ਬੰਦੇ ਕੋਲ ਫਰਿਆਦ ਕੀਤੀ। ਜਵਾਨਾ ਸਾਡਾ ਬਟੂਆ ਕਿਧਰੇ ਡਿੱਗ ਪਿਆ? ਘਰ ਦੂਰ ਹੈ। ਜੇ ਮਦਦ ਕਰ ਦੇਵੇਂ ਤੇਰੀ ਮਿਹਰਬਾਨੀ ਹੋਊ। ਭਾਈਆ ਮੇਰੇ ਕੋਲ ਤਾਂ ਆਪ ਬੱਸ ਪਾਸ ਹੀ ਐ। ਚੇਂਜ ਹੈ ਨਹੀਂ। ਐਦਾਂ ਕਰੋ ਪੈਟਰੋਲ ਪੰਪ ਤੋਂ ਘਰ ਕਲੈਕਟ ਫੋਨ ਕਰ ਦਿਓ। ਬੀਬਾ ਜੇ ਉਹ ਕਰ ਸਕਦੇ ਤਾਂ ਦੁੱਖ ਕਾਦਾ ਸੀ ਚੱਲ ਤੂੰ ਹੀ ਚੱਲ ਨਾਲ ਹੈਲਪ ਕਰਾ ਦੇ ਮੰਗਲ ਸਿੰਘ ਨੇ ਆਖਿਆ ਮੇਰਾ ਤਾਂ ਟਾਈਮ ਟੁੱਟਦਾ ਭਾਈਆ ਕਿਸੇ ਹੋਰ ਨੇ ਆਹੀ ਜਾਣਾ ਇੱਥੇ ਉਹਨੂੰ ਕਹੋ ਉਹ ਛੇਤੀ ਛੇਤੀ ਆ ਰਹੀ ਬੱਸ ਜਿਹੜੀ ਹਲੇ ਰੁਕੀ ਰਹੀ ਸੀ ਵਿੱਚ ਛਾਲ ਮਾਰ ਕੇ ਚੜ ਗਿਆ ਬੱਸ ਡਰਾਈਵਰ ਨੇ ਪੁੱਛਿਆ ਕੀ ਗੱਲ ਹੈ ਉਹ ਬੱਸ ਵਿੱਚ ਜਾਂਦਾ ਹੋਇਆ ਹੱਸ ਕੇ ਕਹਿਣ ਲੱਗਾ ਕੀ ਦੱਸਾਂ ਭਰਾਵਾ ਸ਼ਰਮ ਆਉਂਦੀ ਹੈ ਹੁਣ ਆਪਣੇ ਸਿਆਣੇ ਬਿਆਣੇ ਲੋਕ ਵੀ ਮੰਗਣ ਲੱਗ ਪਏ ਉਹ ਗੱਲ ਕਰਦੇ ਕਰਦੇ ਦੋਨੋਂ ਠਾਕਾ ਮਾਰ ਕੇ ਹੱਸ ਪਏ। ਬੰਤਾ ਸਿੰਘ ਤੇ ਮੰਗਲ ਸਿੰਘ ਪਾਣੀ ਉਹ ਪਤਲੇ ਹੋ ਗਏ। ਇੱਕ ਜ਼ਮੀਨ ਵੇਲ ਨਹੀਂ ਸੀ ਦੇ ਰਹੀ ਉਹਨਾਂ ਨੂੰ ਨਿਗਰ ਜਾਂਦੇ। ਉਹਨਾਂ ਦੇ ਕੋਲ ਇੱਕ ਚਿੰਨਣ ਕੁੜੀ ਖੜੀ ਸੀ ਜਿਸ ਨੇ ਦੋ ਤਿੰਨ ਬਸਾ ਨਗਾ ਦਿੱਤੀਆਂ ਸਨ। ਉਹ ਖੜੀ ਸਭ ਕੁਝ ਦੇਖ ਰਹੀ ਸੀ। ਉਹਨਾਂ ਦੀ ਪਰੇਸ਼ਾਨੀ ਉਹਨਾਂ ਨੂੰ ਪੂਰੀ ਬੋਲੀ ਨਾ ਆਉਣਾ। ਉਸ ਦੇ ਦਿਮਾਗ ਵਿੱਚ ਇਹ ਗੱਲ ਆ ਗਈ ਇਹ ਜ਼ਰੂਰ ਕਿਸੇ ਨਾ ਕਿਸੇ ਮੁਸੀਬਤ ਵਿੱਚ ਹਨ। ਜਦੋਂ ਪੰਜਾਬੀ ਆਦਮੀ ਵੀ ਉਹਨਾਂ ਨੂੰ ਛੱਡ ਗਿਆ ਤਾਂ ਉਹਨਾਂ ਦੇ ਚਿਹਰੇ ਦੇਖ ਕੇ ਉਹਨੂੰ ਅੰਦਾਜ਼ਾ ਸਹੀ ਨਿਕਲਿਆ ਉਹ ਡਰਦੀ ਡਰਦੀ ਕੋਲ ਆਈ డు ਯੂ ਨੀਡ ਹੈਲਪ ਐਨੀ ਅੰਗਰੇਜ਼ੀ ਬੰਤਾ ਸਿੰਘ ਜਾਣ ਗਿਆ ਸੀ ਯੈਸ ਪਲੀਜ਼ ਹੈਲਪ ਯੂ ਹੈਵ ਮਨੀ ਫਾਰ ਬੱਸ ਉਸਨੇ ਪੁੱਛਿਆ 노 ਮਨੀ ਪਰਸ ਗੋਨ ਹੈਲਪ ਬੰਤਾ ਸਿੰਘ ਆਖ ਰਿਹਾ ਸੀ ਯੂ نو ਵੇਅਰ ਦੀ ਗੈਟ ਆਫ ਉਹ ਹੱਥਾਂ ਦੇ ਇਸ਼ਾਰਿਆਂ ਨਾਲ ਪੁੱਛ ਰਹੀ ਸੀ ਤੁਸੀਂ ਕਿੱਥੇ ਉਤਰਨਾ ਹੈ ਯੈਸ ਪਲੀਜ਼ ਯੈਸ ਅਗਲੀ ਬੱਸ ਆਉਂਦੀ ਦਿਖਾਈ ਦਿੱਤੀ ਉਸ ਕੁੜੀ ਨੇ ਹੱਥ ਖੜਾ ਕੇ ਰੋਕ ਲਈ ਬੱਸ ਡਰਾਈਵਰ ਨੂੰ ਸਾਰੀ ਕਹਾਣੀ ਦੱਸਣ ਲੱਗੀ ਦੋ ਟਰਾਂਸਫਰ ਟਿਕਟ ਲੈ ਕੇ ਉਹਨਾਂ ਦੇ ਦੋ ਹੱਥਾਂ ਵਿੱਚ ਫੜਾ ਦਿੱਤੇ ਬੱਸ ਡਰਾਈਵਰ ਨੂੰ ਵੀ ਹਦਾਇਤ ਦੇ ਦਿੱਤੀ ਕਿ ਉਹ ਉਹਨਾਂ ਦਾ ਖਿਆਲ ਰੱਖੇ ਬੰਤਾ ਸਿੰਘ ਤੇ ਮੰਗਲ ਸਿੰਘ ਬੱਸ ਚੜ੍ਹਨ ਤੋਂ ਪਹਿਲਾਂ ਉਸ ਕੁੜੀ ਨੂੰ ਪੁੱਛ ਰਹੇ ਸਨ ਨੇਮ ਟੈਲੀਫੋਨ ਨੰਬਰ ਮਨੀ ਬੈ ਡੋਂਟ ਵਰੀ ਆਈ ਐਮ ਗਲੈਡ ਆਈ ਕੁਡ ਹੈਲਪ ਚਿੰਤਾ ਨਾ ਕਰੋ ਮਦਦ ਕਰਕੇ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਉਸਨੇ ਆਖਿਆ ਨੇਮ ਬੰਤਾ ਸਿੰਘ ਨੇ ਫੇਰ ਪੁੱਛਿਆ ਮਾਈ ਨੇਮ ਇਜ਼ ਐਨਾ ਉਸਨੇ ਹੱਸ ਕੇ ਦੱਸਿਆ ਥੈਂਕ ਯੂ ਐਨਾ ਆਖਦੇ ਹੋਏ ਜਿਵੇਂ ਉਹ ਦੋਨੇ ਉਸ ਕੁੜੀ ਦੇ ਸਿਰ ਤੇ ਪਿਆਰ ਦੇ ਰਹੇ ਹੋਣ ਜਲਦੀ ਬੱਸ ਵਿੱਚ ਉਹ ਪਿੱਛਾ ਮੁੜ ਮੁੜ ਕੇ ਐਨਾ ਵੱਲ ਤੱਕਦੇ ਰਹੇ ਸੌਲ ਸੀਜ਼ਨ ਕਾਂ ਠੰਡੀ ਹਵਾ ਵਗ ਰਹੀ ਸੀ ਸੁੱਕੇ ਪੱਤੇ ਆਲੇ ਦੁਆਲੇ ਪੜਕ ਰਹੇ ਸਨ ਦੋਸਤੋ ਤੁਸੀਂ ਸਾਡੇ ਅੱਜ ਦੀ ਇਸ ਪੀੜੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਵਿੱਚ ਆਪਣੇ ਵਿਚਾਰ ਜ਼ਰੂਰ ਲਿਖਿਆ ਕਰੋ ਜੀ ਮਿਲਦੇ ਹਾਂ ਜਿੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣੇ ਦਾ ਖਿਆਲ ਰੱਖਿਓ ਧੰਨਵਾਦ ਜੀ